ਇਹ ਮੋਟੀ ਵਾਲੇ ਗੋਲੇ ਹਾਂ ਮਾਡਰਨ ਇੱਕ ਗੋਲੀ ਹਾਂ ਦੇਖਸਾਏ ਗੋਲੀ ਹਾਂ ਬੈਟਰੀ ਲਾਣੇ ਗੋਲੀ ਬੈਟਰੀ ਲਾਉਂਦੀ ਹਾਂ ਜੀ ਬੈਟਰੀ ਉਹਦੇ ਕਣਕ ਦੇ ਦਾਣੇ ਜਿੰਨੀ ਤੇ ਸੌਂਦ ਜੀ ਹਾਂ ਬਾਰੀਕ ਦੇਸੀ ਚਨੇ ਜਿੰਨਾ ਗੋੜ ਹਾਂ ਪੁਰਾਣਾ ਹਾਂ ਉਹਦੇ ਵਿੱਚੋਂ ਹਲ ਕਰਕੇ ਹਾਂ ਕਬੂਤਰ ਨੂੰ ਦੇ ਦਿੱਤੀ ਜੀ ਕਿੰਨੇ ਵਜਾ ਜੀ ਤਕਰੀਬਨ ਹੋਣਾ ਸਾਡੇ ਸਾਥ ਦਾ ਟਾਈਮ ਸ਼ਾਮ ਨੂੰ ਹਾਂਜੀ ਉਸ ਸੇ ਕਬੂਤਰ ਇਮਰਾਨ ਭਾਈ ਜਿਹੜੇ ਅੱਜ ਬਾਜ਼ੀ ਛੱਡੇ ਨੇ ਤੇ ਮੇਰੇ ਹਾਰ ਗਏ ਆ ਕਬੂਤਰ ਮਤਬਲੇ 2 ਵਜੇ ਹਾਰ ਗਿਆ 3 ਵਜੇ ਸਹੀ ਮੈਂ ਮੁਖਾਲਿਫ ਨੂੰ ਕਹਿਣਾ ਕਿ ਮੈਂ ਪਰਸੂ ਹੀ ਉਹ ਹਰਿਆ ਕਬੂਤਰ ਤੁਹਾਡੇ ਨਾਲ ਬਾਜ਼ੀ ਛੱਡ ਗਾ ਬਣਾਉਂਦੇ ਵੀ ਜਿਸ ਦਿਨ ਮੋੜ ਬਣਾਣਾ ਹੁੰਦਾ ਉਸਤਾਦ ਦੀ ਇਜਾਜ਼ਤ ਨੇ ਇਹਨਾਂ ਦੋਵਾਂ ਬਾਈਆਂ ਨੂੰ ਸਾਧ ਕੇ ਇਹਨਾਂ ਤੋਂ ਰਗੜਾਈ ਕਰਵਾਣੀ ਇਹਨਾਂ ਦੇ ਹੱਥੀ ਮੋੜ ਬਣਵਾਣਾ ਜੀ ਤੇ ਅਖੀਰ ਪਰਚੀ ਦੇ ਦਿੱਤੀ ਇਹਨਾਂ ਨੂੰ ਕਿ ਆਪਣੇ ਆਪ ਬਣਾਉਂਦੇ ਕਿਆ ਬਾਤ ਵੱਤੋ ਤੇ ਟੂਰੇ ਵੱਟਾ ਬੜਾ ਬੜਾ ਪਾਲੀਏ ਫੁਰਦਮ ਬਹੁਤ ਅੱਛੀ ਚੀਜ਼ ਹੈ ਜੀ ਉਹ ਪਾਣਾ ਚਾਹੀਦਾ ਕਿਆ ਬਾਤ ਕਿਉਂਕਿ ਇਹ ਜਿਹੜੇ ਕੀੜੇ ਮਲਪਾਂ ਦੀਆਂ ਆਪਾਂ ਦਵਾਈਆਂ ਦਿੰਨੇ ਆ ਕਿ 2 ਮਹੀਨੇ ਪਹਿਲੇ ਸ਼ੁਰੂ ਕਰ ਲਈਏ ਹੋ ਸਕਦਾ ਇਹ ਕੀੜੇ ਮਾਰ ਦਵਾਈਆਂ ਆਪਾਂ ਨੂੰ ਦੇਣੀਆਂ ਨੇ ਪਹਿਨ ਦਾਲ ਚੀਨੀ 1 ਤੋਲਾ ਜੀ ਦਾਲ ਚੀਨੀ 1 ਤੋਲਾ ਜੀ ਬੜੀ ਇਲਾਚੀ 1 ਤੋਲਾ ਬੜੀ ਇਲਾਚੀ 1 ਤੋਲਾ ਜੀ ਮਲਠੀ 1 ਤੋਲਾ ਮਲਠੀ 1 ਤੋਲਾ ਜੀ ਲੌਂਗ 1 ਤੋਲਾ ਲੌਂਗ 1 ਤੋਲਾ ਜੀ ਮਸਤੀ ਰੂਮੀ 1 ਤੋਲਾ ਮਸਤੀ ਰੂਮੀ ਜਿਸ ਨੂੰ ਮਸਤ ਰੂਮੀ ਕਹਿੰਦੇ ਨੇ ਸਾਡੇ ਨੋਵੀ ਡਾਟ ਇੰਜੈਕਸ਼ਨ ਲਿਆ ਨੈਜਨ ਇੰਜੈਕਸ਼ਨ ਲਿਆ 3 ਪੁਆਇੰਟ ਮੈਂ ਫਲੇਜਲ ਦੇ ਲਾਏ ਹੁੰਦੇ ਸੀਨੇ ਦੀ ਸੱਜੀ ਸਾਈਡ ਤੇ 3 ਪੁਆਇੰਟ ਮੈਂ ਨੋਵੀ ਡੇਡ ਦੇ ਲਾਏ ਖੱਬੀ ਸਾਈਡ ਦੇ ਲਾਣ ਤੋਂ ਬਾਅਦ ਉਹਨਾਂ ਮੈਂ 2 ਤੋਂ 3 ਸিসি ਪਾਣੀ ਦੇ ਆਉਜ਼ੁ ਬਿੱਲਾਹ ਮਿਨੈ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਜੀ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਤੇ ਇਸ ਤੋਂ ਇਲਾਵਾ ਜਿੰਨੇ ਵੀ ਦੋਸਤ ਅਹਿਬਾਬ ਸਾਡੇ ਚੈਨਲ ਨੂੰ ਵੇਖਦੇ ਨੇ तमाम ਦੋਸਤਾਂ ਦੇ ਵੀਰਾਂ ਨੂੰ ਮੇਰਾ ਦਿਲੋਂ ਸਲਾਮ ਕਬੂਲ ਹੋਵੇ ਮੈਂ ਤੁਹਾਡਾ ਵੀਰ ਤੁਹਾਡਾ ਭਰਾ ਉਸਤਾਦ ਅਲੀ ਇਮਰਾਨ ਲੈਂਦੇ ਪੰਜਾਬ ਪਾਕਿਸਤਾਨ ਤੋਂ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅਲੀ ਇਮਰਾਨ ਪੀਜਸ ਵਿਲੋਗ ਮਾਸ਼ਾਅੱਲਾ ਜੀ ਸਾਡੇ ਨਾਲ ਜਿਹੜੇ ਸ਼ਖਸੀਅਤ ਬੈਠੇ ਨੇ ਇਹ ਸਾਡੇ ਬੜੇ ਪਿਆਰੇ ਭਰਾ ਨੇ ਤੇ ਮਾਸ਼ਾਅੱਲਾ ਉਸਤਾਦ ਇਜਾਜ਼ ਦੇ ਸ਼ਗਿਰਦ ਨੇ ਔਰ ਬਹੁਤ ਅੱਛਾ ਸ਼ੋਅ ਕੇ ਇਹਨਾਂ ਦਾ ਜੇ ਸਰਤੇ ਰਹਿੰਦੇ ਨੇ ਨਾ ਉੱਥੇ ਮਾਸ਼ਾਅੱਲਾ ਇਹਨਾਂ ਦੀ ਤੂਤੀ ਬੋਲਦੀ ਹੈ ਔਰ ਅੱਲਾ ਨੇ ਇਹਨਾਂ ਨੂੰ ਬਹੁਤ ਇੱਜ਼ਤ ਦਿੱਤੀ ਹੈ ਔਰ ਜੇ ਸੋ ਉਸਤਾਦ ਹੈ ਸ਼ਾਗਿਰਦ ਨੇ ਇਹਨਾਂ ਦੀ ਤੂਤੀ ਨਾ ਬੋਲੇ ਤੇ ਕਿੰਦੀ ਬੋਲੇ ਜੀ ਸਾਡੀ ਸਮਝੋ ਬਾਹਰ ਹੈ ਸਾਡੇ ਘਰ ਆਏ ਨੇ ਮਾਸ਼ਾਅੱਲਾ ਰਾਤੀ ਸਾਡੇ ਕੋਲ ਰਹੇ ਨੇ ਇਸ ਤੋਂ ਇਲਾਵਾ ਇੱਥੇ ਸਾਡੇ ਦੋਸਤ ਨੇ ਬੜੇ ਅੱਛੇ ਭਾਈ ਹਾਜੀ ਵਿਕਾਸ ਉਹਨਾਂ ਨੇ ਵੀ ਮਾਸ਼ਾਅੱਲਾ ਵਿਹਾੜੀ ਦੇ ਵਿੱਚ ਛੱਤ ਲਈ ਹੈ ਇਹ ਉੱਥੇ ਕੁਝ ਬੱਚੇ ਵਗੈਰਾ ਦੇਣ ਆਏ ਸਨ ਉਸ ਤੋਂ ਬਾਅਦ ਉਸਤਾਦ ਹਾਜੀ ਅਸਲਮ ਕੋ ਰਾਤ ਸਟੇ ਕੀਤਾ ਹੈ ਬਲਕਿ ਮੇਰੇ ਕੋਲ ਇਹਨਾਂ ਨੇ ਸਟੇ ਕੀਤਾ ਹੈ ਉਹਨਾਂ ਕੋਲ ਕੱਲ ਗੁਜ਼ਾਰੀ ਹੈ ਔਰ ਬੜੀ ਖੂਬ ਬੜੀ ਕਬੂਤਰਬਾਜ਼ੀ ਦੀਆਂ ਔਰ ਬੜੇ ਸ਼ਿਕਾਰ ਦੀਆਂ ਬੜੀ ਖੂਬਸੂਰਤ ਗੱਲਾਂ ਹੋਈਆਂ ਨੇ ਔਰ ਮੈਂ ਸੋਚਿਆ ਕਿਉਂ ਨਾ ਸਾਡੇ ਕੋਲ ਆਏ ਨੇ ਤੇ ਅਸੀਂ ਕੁਝ ਸ਼ਿਕਾਰ ਦੀਆਂ ਗੱਲਾਂ ਦੋਸਤਾਂ ਭਰਾਵਾਂ ਨਾਲ ਵੀ ਸ਼ੇਅਰ ਕਰੀਏ ਔਰ ਇਹਨਾਂ ਦਾ ਇੰਟਰਵਿਊ ਕਰੀਏ ਇਹ ਇੰਟਰਵਿਊ ਦੇ ਲੈਕ ਨੇ ਔਰ ਇਹਨਾਂ ਦੀ ਜਿਹੜੀ ਗੱਲਾਂ ਨੇ ਉਹ ਇਨਸ਼ਾ ਅੱਲਾਹ ਤੁਸੀ ਸੁਣਗੇ ਨਾ ਤੁਹਾਡਾ ਰੂਹ ਰਾਜ਼ੀ ਹੋ ਜਾਏਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ لازਮੀ ਵੀਡੀਓ ਨੂੰ ਵੇਖਣਾ ਸਕਿਪ ਨਹੀਂ ਕਰਨਾ ਕਿਉਂਕਿ ਕਾਫੀ ਸਾਰੀ ਐਸੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਅਗਰ ਸਕਿਪ ਕਰਕੇ ਵੇਖੋਗੇ ਛੁੱਟ ਜਾਣੀਆਂ ਬਰ ਸਮਝ ਨਹੀਂ ਆਏਗੀ ਤੇ ਤੁਹਾਡਾ ਨੁਕਸਾਨ ਹੋਏਗਾ ਅਗਰ ਤੁਸੀਂ ਇਹਨਾਂ ਨੂੰ ਫਾਲੋ ਕਰਕੇ ਚਲੋਗੇ ਤਾਂ ਅਸੀਂ ਤੁਹਾਡਾ ਹੁਣ ਮਜ਼ੀਦ ਟਾਈਮ ਨਹੀਂ ਜ਼ਾਇਆ ਕਰਦੇ ਆਣੇ ਆਪਣੇ ਇੰਟਰਵਿਊ ਤਰਫ ਇਹਨਾਂ ਨਾਲ ਗੱਲਬਾਤ ਜਾਰੀ ਕਰਦੇ ਜੀ ਸਲਾਮ ਅਲੈਕਮ ਜੀ ਜੀ ਵਾਅਲਿਕਮ ਕੀ ਹਾਲ ਚਾਲ ਨੇ ਭਾਈ ਮੁਸ਼ਤਾਕ ਕਿ ਐਸੀ ਤਬੀਅਤ ਹੈ ਸਭ ਖੈਰੀਅਤ ਹੈ ਜੀ ਭਾਈ ਜਾਨ ਅਲਹਮਦੁਲਿਲਾ ਤੇ ਕਿਹਦਾ ਰਿਹਾ ਸਾਡੇ ਕੋਲ ਤੁਹਾਡਾ ਸਟੇ ਕਿਸਾ ਬੜਾ ਮਜ਼ਾ ਹੈ ਜੀ ਮਾਸ਼ਾਅੱਲਾ ਅੱਲਾਹ ਬਾਕ ਤੁਹਾਨੂੰ ਬੱਚਿਆਂ ਇਸਲਾਮਤ ਰੱਖੇ ਆਮੀਨ ਜੀ ਬੜਾ ਮਜ਼ਾ ਹੈ ਜੀ ਹੋਰ ਤਬੀਅਤ ਠੀਕ ਹੈ ਜ ਮਾਸ਼ਾਅੱਲਾ ਜੀ ਮੇਰੀ ਛੱਤ ਹੈ ਜੀ ਇਹ ਜਿੱਥੇ ਅਸੀਂ ਬੈਠੇ ਆ ਔਰ ਮਾਸ਼ਾਅੱਲਾ ਇਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਹੈ ਬੜੀ ਮਿਹਰਬਾਨੀ ਇਹਨਾਂ ਦੀ ਬੜਾ ਸ਼ੁਕਰੀਆ ਔਰ ਸਾਡੇ ਕੋ ਰਾਤ ਰਹਿ ਨੇ ਨਹੀਂ ਤੇ ਜਿਵੇਂ ਦੀ ਮਸਰੂਫੀਅਤ ਹੈ ਜਿਵੇਂ ਦੀ ਜ਼ਿੰਦਗੀ ਚ ਮਸਰੂਫੀਅਤ ਹੈ ਲੋਕਾਂ ਕੋ ਟਾਈਮ ਨਹੀਂ ਹੁੰਦਾ ਜੀ ਅੱਛਾ ਜੀ ਪਹਿਲੇ ਤਾਂ ਤੁਸੀਂ ਆਪਣਾ ਪੂਰਾ ਨਾਮ ਦੱਸੋ ਜੀ ਮੁਹੰਮਦ ਮੁਸ਼ਤਾਕ ਸਾਹੂ ਕਾ ਜੀ ਮੁਹੰਮਦ ਮੁਸ਼ਤਾਕ ਸਾਹੂ ਕਾ ਹਾਂ ਜੀ ਮਤਲਬ ਕਿ ਸਾਹੂ ਕਾ ਤੋਂ ਬਿਲੋਂਗ ਕਰਦੇ ਹੋ ਹਾਂ ਜੀ ਠੀਕ ਹੈ ਤੇ ਕਿਹੜੇ ਸਾਦਿਸ਼ ਕਰਦੇ ਹੋ ਜੀ ਉਸਤਾਦ ਇਜਾਜ਼ਦ ਦੇ ਉਸਤਾਦ ਚੋਰੀ ਅਜਾਜ਼ احمد ਬੂਰੇ ਵਾਲਾ ਹੈ ਉਹਨਾਂ ਦੇ ਸ਼ਗਿਰਦ ਖਾਸ ਨੇ ਔਰ ਮਾਸ਼ਾਅੱਲਾ ਇਹਨਾਂ ਦੇ ਵੀ ਅੱਗੇ ਕਾਫੀ ਸ਼ਗਿਰਦ ਨੇ ਔਰ ਮਾਸ਼ਾਅੱਲਾ ਬਹੁਤ ਤੁਸੀਂ ਇੰਟਰਵਿਊ ਵੇਖੋਗੇ ਨਾ ਸੁਣੋਗੇ ਨਾ ਜੀ ਤੁਹਾਨੂੰ ਸਮਝ ਆਂਦੀ ਜਾਏਗੀ ਤੁਸੀਂ ਇਹ ਸ਼ੌਕ ਚ ਕਿਵੇਂ ਆਗੇ ਮਸਜਿਦ ਕੁਝ ਦੋਸਤਾਂ ਨੂੰ ਸ਼ੌਕ ਆ ਜੀ ਤੇ ਉਹਨਾਂ ਦੇ ਨਾਲ-ਨਾਲ ਬਚਪਨ ਤੋਂ ਉਹਨਾਂ ਨੂੰ ਵੇਖ-ਵੇਖ ਕੇ ਸਾਡੇ ਵੀ ਸ਼ੌਕ ਲੱਗ ਗਏ ਕਿੰਨੀ ਉਮਰ ਸੀ ਤੁਹਾਡੀ ਤਕਰੀਬਨ 8-9 ਸਾਲ ਹੋਣੀ ਹੈ 8-9 ਸਾਲ ਉਮਰ ਬਿਲਕੁਲ ਬਚਪਨ ਉਮਰ ਸਹੀ ਸਹੀ ਪ੍ਰਾਇਮਰੀ ਤੋਂ ਜੀ ਪ੍ਰਾਇਮਰੀ ਤੋਂ ਹਾਂਜੀ ਪ੍ਰਾਇਮਰੀ ਕੀ ਬਾਤ ਆ ਕੀ ਬਾਤ ਆ ਤੇ ਇਸ ਟਾਈਮ ਚ ਤੁਹਾਨੂੰ ਸ਼ੌਕ ਲੱਗਿਆ ਮਾਂ ਪਿਓ ਨੇ ਤੁਹਾਨੂੰ ਲੜਿਆ ਨਹੀਂ ਨਰਾਜ਼ ਨਹੀਂ ਬੜਾ ਜੀ ਬੜਾ ਬਹੁਤ ਲੜੇ ਨਹੀਂ ਔਰ ਸਾਡੀ ਪੂਰੀ نسل ਦੇ ਵਿੱਚ ਕੋਈ ਕਬੂਤਰ ਬਾਜ਼ ਨਹੀਂ ਮੇਰੇ ਤੋਂ ਇਲਾਵਾ ਉਹ ਤੁਹਾਡੀ ਖੈਰ ਹੋ ਗਈ ਮੈਨੂੰ ਸ਼ੌਕ ਲੱਗਾ ਜੀ ਹਾਂ ਔਰ ਲੰ ਤਾਂ ਬੁੱਝੇ ਚੱਲ ਕੇ ਇਹ ਸ਼ੌਕ ਨੂੰ ਪਰਵਾਨ ਚੜਾਇਆ ਜੀ ਕੀ ਬਾਤ ਆ ਔਰ ਅੱਜ ਟਿਕਰ ਕਰ ਰਹੇ ਆ ਜੀ ਅੱਗੇ ਬੱਚੇ ਵੀ ਜਵਾਨ ਹੋ ਗਏ ਨੇ ਹਾਂਜੀ ਤੇ ਸ਼ੌਕ ਨੂੰ ਲੱਗੇ ਹੋਏ ਆਂ ਜੀ ਮਿਹਨਤ ਕਰ ਰਹੇ ਆਂ ਤੁਹਾਡੇ ਰੰਗੇ ਦੋਸਤਾਂ ਬਾਈਆਂ ਦੇ ਉਸਤਾਦ ਇਜਾਜ਼ਤ ਦੀ ਮਿਹਰਬਾਨੀ ਹੈ ਕੀ ਬਾਤ ਹੈ ਜਿੰਨਾ ਸਾਨੂੰ ਇਸ ਕਾਬਿਲ ਸਮਝਿਆ ਜੀ ਕੀ ਬਾਤ ਹੈ ਆਪਣਾ ਸ਼ਗਿਰਦ ਬਣਾਇਆ ਜੀ ਕੀ ਬਾਤ ਤੇ ਉਹਨਾਂ ਦੇ ਕੋਲੋਂ ਬਹਿਣ ਨਾਲ ਪੁੱਛਣ ਨਾਲ ਅੱਜ ਅੱਗੇ ਸਾਡੇ ਸ਼ਗਿਰਦ ਨੇ ਮਾਸ਼ਾਅੱਲਾ ਜੀ ਹਾਂ ਜੀ ਇਹ ਭਾਈ ਦਾ ਵੀ ਤਰਫ ਤਰਫ ਕਰਾਉ ਇਕ ਉਹਨੇ ਕੀ ਨਾਂ ਹੈ ਇਹ ਮੇਰਾ ਛੋਟਾ ਭਾਈ ਹੈ ਜੀ ਕੀ ਬਾਤ ਹੈ ਬਾਈ ਸ਼ਬਾਜ਼ ਕੀ ਬਾਤ ਹੈ ਚਿਸ਼ਤਿਆਂ ਤੋਂ ਚਿਸ਼ਤਿਆਂ ਤੋਂ ਮਹਾਰਸ਼ੀ ਵਾਲੀ ਸਾਈਡ ਤੋਂ ਹਾਂਜੀ ਕੀ ਬਾਤ ਹੈ ਜੀ ਤੇ ਮਤਲਬ ਕਿ ਤੁਸੀਂ ਉਹਨਾਂ ਦੇ ਸ਼ਗਿਰਦ ਹੋ ਗਏ ਉਸਤਾਦ ਇਜਾਜ਼ਤ ਸਾਹਿਬ ਦੇ ਹਾਂਜੀ ਕੀ ਵੇਖਿਆ ਤੁਸੀਂ ਉਹਨਾਂ ਦੇ ਸ਼ਗਿਰਦ ਹੋ ਗਏ ਉਹ ਜੀ ਬਹੁਤ ਅੱਛੇ ਬੰਦੇ ਨੇ ਹਾਂਜੀ ਉਸਤਾਦ ਇਜਾਜ਼ਤ ਹੋਰੀ ਹਰ ਬੰਦੇ ਨੂੰ ਅੱਛੀ ਗੁਫ਼ਤਗੂ ਨਾ ਕਰਨੀ ਹੁੰਦੀ ਹੈ ਹਰ ਬੰਦੇ ਨੂੰ ਅੱਛਾ مشورہ ਦੇਣਾ ਹੁੰਦਾ ਹੈ ਸਹੀ ਔਰ ਮੇਰਾ ਯਕੀਨ ਹੈ ਉਹਨਾਂ ਦੇ ਕੋਲ ਮੁਖਾਲਿਫ ਵੀ ਚਲਾ ਜਾਵੇ ਹਾਂ ਜੀ ਉਸਤਾਦ ਜੀ ਮੈਂ ਮੇਰੀ ਇਹ ਰਹਿਨਮਾਈ ਕਰੋ ਕਿ ਮੈਂ ਇਹ ਚੀਜ਼ ਭੁੱਲ ਗਿਆ ਜਾਂ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਉਸਤਾਦ ਜੀ ਹਰ ਚੀਜ਼ ਉਹਨੂੰ ਦੱਸਣਗੇ ਕੀ ਬਾਕੀ ਔਰ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਉਸਤਾਦ ਹੋਰਾਂ ਨੇ ਬੰਦਿਆਂ ਨੂੰ ਦੱਸੀਆਂ ਨੇ ਬਜੜੀਆਂ ਖਾਲਿਫ ਬੰਦਿਆਂ ਨੂੰ ਕੁੰਡੀਆਂ ਅਸੀਂ ਅਸੀਂ ਆ ਨੇ ਜਿਹੜੀਆਂ ਉਹਨਾਂ ਨੇ ਕੱਢ ਦਿੱਤੀਆਂ ਲੋਕਾਂ ਦੀਆਂ ਹਾਂਜੀ ਕੀ ਬਾਤ ਆ ਜੀ ਤੇ ਉਹਨਾਂ ਨੇ ਉਹ ਦਾ ਸ਼ਗਿਰਦ ਨਹੀਂ ਕਰਦੇ ਤਾਂ ਉਹਨੂੰ ਸ਼ਗਿਰਦ ਕਿਵੇਂ ਕਰ ਲੇ ਬਾਜੀ ਓਏ ਉਹਨਾਂ ਦੀ ਮਿਹਰਬਾਨੀ ਦੀ ਉਹਨਾਂ ਦਾ ਬੜਾ ਪਾਨੇ ਪੀਰ ਮਸ਼ਕੂਰ ਸਾਹਿਬ ਅੱਲਾਹ ਜਨ ਦੇ ਸਿਰਫ ਦੋਸ ਜਗਾ ਦੇਵੇ ਜੀ 33 ਚੱਕ ਦੇ ਜੀ ਅੱਲਾਹ ਪਾਕ ਉਹਨੂੰ ਜੰਨਤ ਤੇ ਕਰ ਦੇਵੇ ਉਹਨਾਂ ਨਾਲ ਮੇਰਾ ਤਲਾਕ ਆ ਜੀ ਕੀ ਬਾਤ ਆ ਉਹਨਾਂ ਕੋਲੋਂ ਮੇਰਾ ਬਹਿਣ ਉੱਠਣ ਉਹਨਾਂ ਦਾ ਤੇ ਉਸਤਾਦ ਉਹਨਾਂ ਦਾ ਬਾਈਚਾਰਾ ਜੀ ਬੜਾ ਪੁਰਾਣਾ ਕੀ ਬਾਤ ਆ ਆ ਸਾਡੇ ਸਮਾਲੇ ਤੋਂ ਪਹਿਲੇ ਦਾ ਕੀ ਬਾਤ ਆ ਤੇ ਉਹਨਾਂ ਦੇ ਨਾਲ ਆਣ ਜਾਣ ਤੋਂ ਉਹਨਾਂ ਸ਼ਫਕਤ ਕੀਤੀ ਜੀ ਉਸਤਾਦ ਹੋਰ ਉਸਤਾਦ ਉਹ ਰਿਤ ਕਾਫੀ ਧੇਰ ਕਹਿੰਦੇ ਰਹੇ ਕਿ ਮੈਂ ਮਿਸ਼ਤਾਬ ਤੁਹਾਨੂੰ ਵੈਸੇ ਤੁਸੀਂ ਬਹਿਣ ਉੱਠਣ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਸਾਡੇ ਕੁਲੇ ਜੋ ਸਹੀ ਹੈ ਸਹੀ ਹੈ ਸਹੀ ਤੇ ਇਹ ਜੀ ਉਹਨਾਂ ਦੀ ਮਿਹਰਬਾਨੀ ਹੈ ਸਾਨੂੰ ਉਹਨਾਂ ਇਸ ਕਾਬਿਲ ਕੀਤਾ ਹਾਂਜੀ ਔਰ ਇਸ ਕਾਬਿਲ ਸਮਝਿਆ ਕਿ ਸਾਨੂੰ ਸ਼ਗਿਰਦ ਕੀਤਾ ਅੱਛਾ ਮੈਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ ਕਿ ਉਹ ਕੋਈ ਪੱਗ ਨਹੀਂ ਲੈਂਦੇ ਕੋਈ ਸੂਟ ਨਹੀਂ ਕੋਈ ਜੁੱਤੀ ਨਹੀਂ ਇਹਥਾ ਆਪਣੀ ਮਾਰਦੇ ਨੇ ਹਾਂਜੀ ਤੁਹਾਨੂੰ ਐਵੇਂ ਕੀਤਾ ਸ਼ਾਗਿਰ ਐਵੇਂ ਜੀ ਐਵੇਂ ਕਿਆ ਬਾਤ ਹੈ ਜੀ ਅੱਛਾ ਹੁਣ ਅਸੀਂ ਅੱਗੇ ਤੁਰਦੇ ਹਾਂ ਹਾਂਜੀ ਤੁਹਾਡੀ ਮਤਲਬ ਕਿ ਕਬੂਤਰਬਾਜ਼ੀ ਦੇ ਵਰਕੇ ਫੋਲਦੇ ਜਾਂਦੇ ਆ ਤੁਰਦੇ ਚੱਲਦੇ ਆ ਤੇ ਤੁਸੀਂ ਉਹਨਾਂ ਦੇ ਸ਼ਾਗਿਰਦ ਹੋ ਗਏ ਉਸ ਤੋਂ ਬਾਅਦ ਤੁਸੀਂ ਬਾਜ਼ੀਆਂ ਛੱਡਣੀਆਂ ਸ਼ੁਰੂ ਕਰਤੀਆਂ ਹਾਂਜੀ ਤੇ ਕਿਹਸਾ ਰਿਹਾ ਉਹਨਾਂ ਦਾ ਸ਼ਿਕਾਰ ਕਿਹਸਾ ਰਿਹਾ ਸ਼ੌਕ ਉਹਨਾਂ ਦਾ ਜਦੋਂ ਜੀ ਉਸਤਾਦ ਦੇ ਸ਼ਾਗਿਰਦ ਹੋਏ ਆ ਜਦੋਂ ਦੇ ਉਦੋਂ ਦਾ ਇੰਨਾ ਕਬੂਤਰਬਾਜ਼ੀ ਦੇ ਵਿੱਚ ਮਜ਼ਾ ਆਇਆ ਕਿ ਸੋਚ ਵੀ ਨਹੀਂ ਸਕਦੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਜਦੋਂ ਅਸਾਂ ਦੇ ਤੇ ਕੋਈ ਮੁਸ਼ਕਿਲ ਟਾਈਮ ਆਇਆ ਉਸਤਾਦ ਜੀ ਕਬੂਤਰ ਕੋਈ ਨਹੀਂ ਉਸਤਾਦ ਹੋਰਾਂ ਨੇ ਸਾਨੂੰ ਕਬੂਤਰ ਚਕਵਾ ਦਿੱਤਾ ਕਿਆ ਬਾਤ ਹੈ ਉਸਤਾਦ ਜੀ ਸਾਡੇ ਨੂੰ ਇਹ ਚੀਜ਼ ਹੈ ਕਬੂਤਰ ਇੱਕ ਟਾਈਮ ਮੇਰਾ ਸੋਜੀ ਗਿਆ ਜੀ ਸ਼ਾਮ ਨੂੰ ਬੈਠਾ ਬਾਜ਼ੀ ਉਡ ਗਿਆ ਤੇ ਕਬੂਤਰ ਜੀ ਪਿੰਡੇ ਤੇ ਜਿਸਮ ਤੇ ਸੋਝ ਲਿਆ ਕਿਆ ਬਾਤ ਹੈ ਅਬ ਮਤਲਬ ਕਿ ਆਲੂ ਤਰ੍ਹਾਂ ਸੋਚ ਗਿਆ ਜੀ ਹਾਂਜੀ ਕੀ ਬਾਤ ਉਸਤਾਦ ਉਹਨਾਂ ਨੂੰ ਕਾਲ ਕੀਤੀ ਉਸਤਾਦ ਉਹ ਰਿਕਨ ਦੇ ਕੇ ਉੱਥੋਂ ਰਸੋਂਦ ਲੈ ਕੇ ਤੇ ਪੁਰਾਣਾ ਗੋੜ ਲੈ ਕੇ ਤੇ ਕਬੂਤਰ ਨੂੰ ਦੇ ਕੇ ਤੇ ਮਾੜਾ ਜਿਹਾ ਪਾਣੀ ਦੇ ਕੇ ਉਹਨੂੰ ਡਾ ਕੇ ਕੀ ਪੂਰਾ ਤਰੀਕਾ ਦੱਸੋ ਤੁਸੀਂ ਯਾਰ ਰਸੋਂਦ ਦਾ ਤੇ ਕਿੰਨਾ ਰਸੋਂਦ ਦਾ ਗੋੜ ਰਸੋਂਦ ਦੇ ਕਣਕ ਦੇ ਦਾਣੇ ਜਿੰਨੀ ਰਸੋਂਦ ਜੀ ਹਾਂ ਬਾਰੀਕ ਦੇਸੀ ਚਣੇ ਜਿੰਨਾ ਗੋੜ ਹਾਂ ਪੁਰਾਣਾ ਹਾਂ ਉਹਦੇ ਵਿੱਚ ਉਹਨੂੰ ਹਲ ਕਰਕੇ ਹਾਂ ਕਬੂਤਰ ਨੂੰ ਦੇ ਦਿੱਤੀ ਕਿੰਨੇ ਵਜੇ ਜੀ ਤਕਰੀਬਨ ਹੁਣ 7:30 ਦਾ ਟਾਈਮ ਸ਼ਾਮ ਨੂੰ ਹਾਂਜੀ ਠੀਕ ਹੈ ਜੀਦੇ ਵਿੱਚ ਪੀਰ ਉਮੇਦ ਸ਼ਾ ਹਾਂ ਅਸਗਰ ਵੱਟੂ ਵੀ ਮੌਜੂਦ ਹਨ ਜੀ ਮੇਰੇ ਕੋਲ ਕੀ ਬਾਤ ਹੈ ਜੀ ਉਸਤਾਦ ਹੋਰਾਂ ਨੇ ਮੈਨੂੰ ਕਾਲ ਕੀਤੀ ਉਸਤਾਦ ਹੋਰੀ ਉਹਨੂੰ ਲਾਹੌਰ ਹਨ ਸ਼ੀਖ ਸਾਹਿਬ ਦੀਆਂ ਬਾਜ਼ੀਆਂ ਜੀ ਉੱਚੀਆਂ ਬਾਜ਼ੀਆਂ ਚੱਲ ਰਹੀਆਂ ਸੀ ਕੀ ਬਾਤ ਹੈ ਕੀ ਬਾਤ ਹੈ ਤੇ ਉਸਤਾਦ ਹੋਰਾਂ ਜੀ ਮੈਨੂੰ ਦੱਸਿਆ ਕਿ ਰਿਸੌਂਦ ਤੇ ਗੁੜ ਮੇਰਾ ਪੁੱਤਰ ਉਹਨੂੰ ਕਬੂਤਰ ਨੂੰ ਦੇ ਦਿਓ ਤੇ ਉਹਨੂੰ ਡੱਕ ਦਿਓ ਪਾਣੀ ਦਿੱਤਾ ਉਹ ਤੋਂ ਉਹ ਤੂੰ ਮਾੜਾ ਜੀ ਕੋਈ 2 3 ਸੀਸੀ ਪਾਣੀ ਦੇ ਕੇ ਨਾ ਜੀ ਕੋਸਾ ਜਾਂ ਠੰਡਾ ਜੀ ਕੋਸਾ ਜੀ ਕੀ ਬਾਤ ਹੈ ਜੀ 35 40 ਮਿੰਟ ਅਸੀਂ ਉਹਨੂੰ ਡੱਕ ਦਿੱਤਾ ਜੀ ਹਾਂ ਜਦੋਂ ਅਸੀਂ ਉਹਨੂੰ ਬਾਹਰ ਕੱਢਿਆ ਜੀ ਉਹਦੇ ਐਵੇਂ ਮਾੜੀਆਂ ਮਾੜੀਆਂ ਲਸਰਾਂ ਜੀ ਪਿੰਡੇ ਤੇ ਕੀ ਬਾਤ ਹੈ ਮਤਲਬ ਸੋਜ ਹਟਾ ਆ ਗਿਆ ਕੀ ਬਾਤ ਹੈ ਜੀ ਸਵੇਰੇ ਜੀ ਸਾਡਾ ਕਬੂਤਰ ਤਕਰੀਬਨ ਪੌਣੇ 6 ਵਜੇ ਜਿੱਤ ਕੇ ਪੌਣੇ 7 ਵਜੇ ਬਿਠਾ ਵੇਖੋ ਜੀ ਕੀ ਨੁਸਖਾ ਜੀ ਕਣਕ ਜਿੰਨੀ ਰਸੋਂਦ ਚਨੇ ਦੇ ਦਾਣੇ ਜਿੰਨਾ ਗੋੜ ਉਹ ਮਿਕਸ ਕਰਕੇ ਦੇ ਕੇ ਦੋ ਤਿੰਨ ਸਜੀ ਪਾਣੀ ਦੇ ਕੇ ਢੱਕਤਾ ਕਿੰਨੇ ਦੇ ਢੱਕਿਆ ਜੀ ਉਹਨੂੰ ਤਕਰੀਬਨ 40 ਤੋਂ 45 ਮਿੰਟ 40 ਤੋਂ 45 ਮਿੰਟ ਲੋ ਜੀ ਹੋਰ ਸੋਜ ਘਟਾ ਗਿਆ ਸੋ ਬਲਕਿ ਉਹ ਬਾਜੀ ਵੀ ਜਿੱਤ ਗਿਆ ਹਾਲਾਂਕਿ ਸੋਜ ਸੁਜਿਆ ਕਬੂਤਰ ਬਾਜੀ ਨਹੀਂ ਉੱਡਦਾ ਜੀ ਤੇ ਉਹ ਬਾਜੀ ਵੀ ਜਿੱਤ ਗਿਆ ਹਾਂਜੀ ਔਰ ਮੇਰੇ ਸ਼ਗਿਰਦਾਂ ਦਾ ਕਬੂਤਰ ਇੱਕ ਜਿਹੜੇ ਆਣੇ ਦਿਨ ਸੋਜ ਗਿਆ ਜੀ ਤੇ ਇੰਨਾ ਸੋਜ ਗਿਆ ਕਿ ਉਹਦਾ ਜਿਸਮ ਇਸ ਤਰ੍ਹਾਂ ਲੱਗੇ ਕਿ ਜਿਵੇਂ ਪਟਾਕਾ ਮਾਰਦਾ ਓਏ ਹੋਏ ਹੋਏ ਉਹ ਕਹਿਣ ਕਿ ਉਸਤਾਦ ਜੀ ਇਸ ਕਬੂਤਰ ਇੱਥੇ ਸਾਡੀ ਥਾਂ ਦੇ ਕੋਈ ਛੱਡੋ ਮੈਂ ਕਿਹਾ ਯਾਰ ਤੁਸੀਂ ਇਹ ਕਬੂਤਰ ਲਿਓ ਆਪਾਂ ਪਰਸੂ ਬਾਜ਼ੀ ਚਾਲਣਾ ਵਗੇ ਕੀ ਬਾਤ ਹੈ ਮੈਨੂੰ ਉਸਤਾਦ ਹੋਰਾਂ ਦਾ ਦੱਸੋਇਆ ਜੀ ਇਹ ਨੁਕਸਾ ਤੁਸੀਂ ਹਲਾਤਾ ਮੈਂ ਉਹਨੂੰ ਦੇ ਕੇ ਦੀ तकरीबन ਦੁੱਪੇ ਰੱਖ ਦਿੱਤਾ ਤੋਪ ਤੇ ਪਿਆਰੇ ਕੋਈ 20 ਮਿੰਟ ਅੱਧਾ ਘੰਟਾ ਚੱਕ ਕੇ ਉਹਨੂੰ ਅਸੀਂ ਵਿਦਾਮ ਦੇ ਕੇ ਉਤੋਂ ਉਹ ਨੋਕਾਂ ਲਵਾਈ ਰੱਖੀਆਂ ਹੱਥ ਨਾਲ ਪਾਣੀ ਨਾ ਦਿੱਤਾ ਨੋਕਾਂ ਲਵਾਈ ਰੱਖੀਆਂ ਸਹੀ ਜੀ ਉਹ ਤਕਰੀਬਨ ਰਾਤੀ 8-9 ਵਜੇ ਬਿਲਕੁਲ ਕਲੀਅਰ ਹੋ ਗਿਆ ਸੋਜ ਹਟ ਆ ਗਿਆ ਕੀ ਬਾਤ ਹੈ ਬੰਦੀ ਦੇ ਕੀ ਬਾਜ਼ੀ ਛੱਡ ਦਿੱਤਾ ਜੀ ਉਹ ਸਾਡੇ ਨਾਲ ਹੀ ਹੈ ਜੀ 40 ਚੱਕ 340 ਹਾਂ ਉਹਦੇ ਵਿੱਚ ਬਾਜ਼ੀ ਉੱਡਿਆ ਜੀ ਉਹ ਮੇਰਾ ਸ਼ਾਗਿਰਦ ਹੈ ਜੀ ਪੀਰਜ਼ਾਦਾ ਚਾਵਲੀਆਂ ਵਾਲਾ ਠੀਕ ਆ আলম ਸ਼ੇਰ ਉਹਨਾਂ ਦਾ ਰਿਸ਼ਤੇਦਾਰ ਆ আলম ਸ਼ੇਰ ਜਿਹੜੇ ਹਾਜੀ ਸ਼ੇਰ ਵਾਲੇ ਹਾਂ ਹਾਂਜੀ ਪੀਰ غلام رسول ਚਾਵਲੀਆਂ ਵਾਲੇ ਦਾ ਛੋਟਾ ਬਾਈ ਸ਼ਾਗਿਰਦ ਹੈ ਜੀ ਮੇਰਾ ਪੀਰ ਗੁਲਾਮ ਰਸੂਲ ਕਬੂਤਰ ਦੇ ਕੇ ਗਿਆ ਮੈਨੂੰ ਕੀ ਬਾਤ ਹੈ ਕਬੂਤਰ ਬਾਜ਼ੀ ਛੱਡ ਦਿੱਤਾ ਜੀ तकरीबन 1.5 ਤੇ 3 ਵਜੇ ਜਿੱਤ ਕੇ ਕੀ ਬਾਤ ਹੈ तकरीबन 4-40 ਦੇ ਬੈਠਾ ਜੀ ਅੱਛਾ ਤੁਸੀਂ ਦੋ ਕਬੂਤਰ ਐਵੇਂ ਤੁਸੀਂ ਸਿੱਧੇ ਕੀ ਛੱਡੇ ਹਾਂ ਜੀ ਹਾਂ ਜੀ ਅਸੀਂ ਤਾਂ ਕਬੂਤਰ ਸਜਾ ਕੇ ਤੁਹਾਡੇ ਕੋਲ ਨਾ ਲਿਆ ਕਰੀਏ ਜੀ ਬਿਲਕੁਲ ਜੀ ਮਤਲਬ ਕਿ ਸਾਂਤ ਤਰੀਕਾ ਜੀ ਉਹ ਬੜੀ ਬੜੀ ਗੱਲ ਆ ਜੀ ਮੈਂ ਮਤਲਬ ਕਿ ਇੱਕ ਕਬੂਤਰ ਸਜਿਆ ਉਹਦੀ ਸੋਚ ਵੀ ਲੱਤੀ ਔਰ ਮਾਸ਼ਾਅੱਲਾ ਉਹਨੇ ਪਰਫਾਰਮ ਵੀ ਪੂਰਾ ਕੀਤਾ ਹਾਂਜੀ ਅੱਛਾ ਇਹ ਗੋਲੀ ਜਿਹੜੀ ਤੁਸੀਂ ਲਗਾਉਨੇ ਹੋ ਨਹੀਂ ਇਹ ਗੋਲੀ ਵਾਲੀ ਗੱਲ ਬਾਬਾ ਬਾਅਦ ਚ ਕਰਾਂਗੇ ਤਰਤੀਬ ਖਰਾਬ ਨਾ ਕਰੀਏ ਹਾਂਜੀ ਮਤਲਬ ਕਿ ਇਸ ਤਰੀਕੇ ਤੁਸੀਂ ਬਾਜ਼ੀਆਂ ਛੱਡੀਆਂ ਅੱਲਾ ਨਾ ਤੁਹਾਨੂੰ ਇੱਜ਼ਤ ਦਿੱਤੀ ਕੋਈ ਯਾਦਗਾਰ ਬਾਜ਼ੀ ਤੁਹਾਡੀ ਜਿਹੜੀ ਮਤਲਬ ਕਿ ਤੁਹਾਨੂੰ ਯਾਦ ਹੋਵੇ ਯਾਰ ਇਸ ਤੋਂ ਚੰਗੀ ਮੇਰੀ ਬਾਜ਼ੀ ਨਹੀਂ ਹੋ ਸਕਦੀ ਕੀ ਕੁਛ ਐਸੇ ਕਬੂਤਰ ইমরান ਭਾਈ ਜਿਹੜੇ ਅੱਜ ਬਾਜ਼ੀ ਛੱਡੇ ਨੇ ਤੇ ਮੇਰੇ ਹਰ ਗਿਆ ਕਬੂਤਰ ਮਤਲਬ ਇਹ 2 ਵਜੇ ਹਰ ਗਿਆ 3 ਵਜੇ ਸਹੀ ਮੈਂ ਮੁਖਾਲिफ ਨੂੰ ਕਹਿਣਾ ਕਿ ਮੈਂ ਪਰਸੂ ਇਹ ਹਰਿਆ ਕਬੂਤਰ ਤੁਹਾਡੇ ਨਾਲ ਬਾਜ਼ੀ ਛੱਡਦਾ ਜੀ ਇੱਕ ਮਤਲਬ ਕਿ ਕਿਹੜੇ ਕਿਹੜੇ ਚੱਕ ਦੀ ਗੱਲ ਆ ਕਿਹੜੇ ਟਾਈਮ ਤੇ ਉੱਥੇ ਮੇਰੇ ਪਿੰਡ ਦੇ ਵਿੱਚ ਜੀ ਸੱਜੇ ਖੱਬੇ ਕਈਆਂ ਥਾਵਾਂ ਤੇ ਸੀਨ ਹੋਇਆ ਜੀ ਸਹੀ ਅੱਜ ਬਾਜ਼ੀ ਹਰ ਗਏ ਆ ਜੀ ਪਰਸੂ ਦੀ ਬਾਜ਼ੀ ਲਾ ਲੈਣੀ ਸਵੇਰੇ ਦੀ ਲਾ ਲੈਣੀ ਹਾਂ ਉਹਨਾਂ ਨੂੰ ਪੁੱਛ ਕੇ ਜਿਸ ਤਰੀਕੇ ਉਹਨਾਂ ਨੇ ਐਗਰੀ ਹੋਣਾ ਉਸੇ ਤਰੀਕੇ ਪਰ ਸੋ ਉਡਾਨੇ ਆ ਜੀ ਸਵੇਰੇ ਉਡਾਨੇ ਆ ਅੱਛਾ ਇਹਦੇ ਚ ਤਾਂ ਲੜਾਈ ਝਗੜਾ ਨਹੀਂ ਹੁੰਦਾ ਜੀ ਨਹੀਂ ਜੀ ਨਹੀਂ ਪਿਆਰ ਨਾਲ ਮੁਹੱਬਤ ਨਾਲ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਪੁੱਛ ਕੇ ਅਗਰ ਉਹਨਾਂ ਦਾ ਦਿਲ ਮੋਤਮਨ ਹੋ ਜਾਣਾ ਤਾਂ ਉਹਨਾਂ ਨੂੰ ਕਹਿਣਾ ਆਜੋ ਬਾਜ਼ੀ ਆਪਾਂ ਢਾ ਲੈਨੇ ਔਰ ਮੇਰਾ ਕਬੂਤਰ ਜਿੱਤਿਆ ਜੀ ਹਰਿਆ ਕੀ ਆ ਜਿਹੜੀ ਬਾਜ਼ੀ ਹਰਿਆ ਜਿੱਤਿਆਂ ਦੀ ਛੱਡੀ ਏ ਮੈਂ ਜਿੱਤਿਆਂ ਜੀ ਮਤਲਬ ਕਿ ਹਰਿਆ ਨੂੰ ਦੁਬਾਰਾ ਛੱਡਿਆ ਤਾਂ ਤੂੰ ਜਿੱਤ ਗਿਆ ਹਾਂ ਜੀ ਮੇਰੇ ਇਲਾਕੇ ਚ ਕਿਸੇ ਬੰਦੇ ਦਾ ਨੰਬਰ ਇਹ ਪੁੱਛ ਲੋ जिन्ने के हरे कबूतर छड्डे ने अगले दिन मेरा जीता जी अच्छा ਤੁਹਾਡੇ ਵਾਲੇ ਏਰੀਆ ਚ ਤੋ ਉਸਤਾਦ ਅਨਵਰ ਬੱਟੂ ਵੀ ਰਹਿੰਦੇ ਨੇ ਅਨਵਰ ਬੱਟੂ ਰੰਗਾ ਰੰਗਾ ਤਰਫ ਤੋਂ ਉਹ ਜਗ੍ਹਾ ਤੇ ਹਾਂਜੀ ਅੱਲਾਹ ਪਾਕ ਉਹਨਾਂ ਨੂੰ ਜਨਤ ਵਿੱਚ ਘਰ ਦੇਵੇ ਉਹਨਾਂ ਰੰਗਾ ਅੱਛਾ ਬੰਦਾ ਔਰ ਅੱਛਾ ਪਲੇਅਰ ਆ ਜੀ ਅੱਛਾ ਉਸਤਾਦ ਹਾਂਜੀ ਅੱਛਾ ਉਸਤਾਦ ਅੱਛਾ ਪਲੇਅਰ ਆ ਜੀ ਔਰ ਮੇਰੇ ਨਾਲ ਤੋਂ ਬਚਪਨ ਤੋਂ ਬੜੀ ਮੁਹੱਬਤ ਕਰਦੇ ਆਂ ਜੀ ਮੇਰਾ ਸ਼ਾਹਵਾਂ ਨਾਲ ਤਲਾਕ ਆ ਜੀ ਪੀਰ ਮਸ਼ਕੂਰ ਸ਼ਾਹ ਨਾਲ ਸੈਯਦ ਉਮੇਸ਼ ਸ਼ਾਹ ਇਹਨਾਂ ਨਾਲ ਮੇਰਾ ਇੱਕੋ ਗਾਰੇ ਇਹਨਾਂ ਦੇ ਸ਼ਾਹ ਆ ਕਿ ਕਬੂਤਰ ਬੜੇ ਬੜੇ ਜ਼ਬਰਦਸਤ ਵੇੜੇ ਵਾਲੇ ਕਬੂਤਰ ਤੇ ਐਵੇਂ ਦੇ ਕਬੂਤਰ ਜਿਹੜੇ ਸਾਰੇ ਉਸਤਾਦ ਨੇ ਦਿੱਤੇ ਆ। ਕੀ ਬਾਤ ਹੈ। ਸਹਿਬ ਆਪਣਾ ਸ਼ਾਹ ਸਾਹਿਬ ਜਰੀ ਮੇਰੀ ਕਿਸੇ ਗੱਲ ਦਾ ਬੁਰਾ ਮਹਿਸੂਸ ਨਾ ਕਰਨ। ਸਾਰੇ ਕਬੂਤਰ ਉਹਨਾਂ ਦੇ ਘਰ ਉਸਤਾਦ ਨੇ ਪੈਦਾ ਕਰਵਾਏ ਨੇ। ਜਿਨਨੇ ਕਿ ਬਦਲ ਦਾ ਪਿਓ ਸ਼ਾਕਾ ਉਹਦੀ ਮਾਂ ਕਾਲੀ ਚੀਨੀ ਜਿਨਨੇ ਕਬੂਤਰ ਨਾਮਵਾਰ ਉੱਥੇ ਹੋਏ ਨੇ ਸ਼ਾਹ ਸਾਹਿਬ ਉਹਨਾਂ ਦੇ ਸਾਰੇ ਉਸਤਾਦ ਨੇ ਦਿੱਤੇ। ਉਸਤਾਦ ਜਾਸ ਉਸਤਾਦ ਹੀ ਜਾ। ਕੀ ਬਾਤ ਹੈ। ਮਤਲਬ ਕਿ ਤੁਹਾਡੀ ਇਹ ਵੇਖੀ ਭਾਲੀ ਗੱਲ ਆ ਹਾਂਜੀ ਤਕਰੀਬਨ ਜਿਹੜੀ ਗੱਲ ਕਰ ਰਿਹਾ ਨਾ ਇਹਦਾ ਕੋਈ ਵੀ ਯਾਰ ਮੰਨਫੀ ਨਾ ਲਿਆ ਜੇ ਨਾ ਕੋਈ ਮੰਨਫੀ ਕਮੈਂਟ ਕਰਿਆ ਜੇ ਇਹ ਜਿਹੜੀ ਗੱਲ ਹੈ ਵਾ ਉਹਨਾਂ ਨੇ ਕਰਤੀ ਇਹਨੂੰ ਪੋਜ਼ਿਟਿਵ ਲਿਆ ਜੇ ਨੈਗੇਟਿਵ ਨਾ ਲਿਆ ਜੇ ਤੁਹਾਡੀ ਮਿਹਰਬਾਨੀ ਕਈ ਦੋਸਤ ਨੈਗੇਟਿਵ ਲੈ ਲੈਂਦੇ ਜੀ ਨਹੀਂ ਜੀ ਨਾ ਲੈਣ ਹਾਂ ਕਿਉਂਕਿ ਇੱਕ ਚੀਜ਼ ਮੈਂ ਲਈ ਤੁਹਾਡੇ ਕੋਲੋਂ ਹਾਂ ਮੈਂ ਤੁਹਾਨੂੰ ਹਜ਼ਾਰਾਂ ਦਿੱਤੇ ਹੋਣੇ ਨੇ ਸਹੀ ਹੈ ਸਹੀ ਹੈ ਨਾਮ ਵਰ ਕਬੂਤਰ ਤੁਸੀਂ ਮੈਨੂੰ ਦਿੱਤੇ ਨੇ ਉਹਨਾਂ ਨੇ ਮੇਰਾ ਨਾਮ ਪਹਿਲਾ ਕੀਤਾ ਕੀ ਬਾਤ ਹੈ ਮੈਂ ਤਾਂ ਹਰ ਬੰਦੇ ਨੂੰ ਕਹਿਣਾ ਕਿ ਮੈਨੂੰ ইমরান ਭਾਈ ਨੇ ਦਿੱਤੇ ਨੇ ਇੱਕ ਹੋਰ ਰਗੜੂ ਕਬੂਤਰ ਤੁਹਾਡਾ ਹਾਂਜੀ ਉਹਦੇ ਬਾਰੇ ਕੋਈ ਰੇੜੂ ਰੇੜੂ ਹਾਂਜੀ ਉਹਦੇ ਉਹ ਰੇੜੂ ਦਾ ਕੀ ਸੀ ਇਹਨਾ ਦੱਸੋ ਜਰਾ ਸਾਨੂੰ ਸਮਝਾਓ ਸਾਨੂੰ ਜੀ ਇਸ਼ਾ ਅੱਖਾ ਕਬੂਤਰ ਇੱਕ ਬਾਈਓ ਮੈਂ ਇਸ਼ਾ ਨੇ ਮੈਨੂੰ ਦਿੱਤਾ ਬੱਚਿਆਂ ਵਾਸਤੇ ਕੀ ਬਾਤ ਹੈ ਉਹਦੇ ਨਾਲ ਅਸੀਂ ਇੱਕ ਮਾਦੀ ਲਈ ਜੀ ਇਸ ਅਨਵਰ ਸਾਨੂੰ ਇੱਕ ਨਾਰ ਦਿੱਤਾ ਜੀ ਬਰੜਾ ਹਾਂ ਉਹਨ ਦੇ ਵਿੱਚੋਂ ਇੱਕ ਪੱਠੀ ਅਸੀਂ ਉਸ ਕਬੂਤਰ ਨਾਲ ਜੋੜੇ ਕਰ ਦਿੱਤੇ ਹਮੇਸ਼ਾ ਇਹ ਕਬੂਤਰ ਨੂੰ ਪੱਠੀ ਲਾਉਂਦੇ ਜਿਹੜੀ ਉਸਤਾਦ ਅਨਵਰ ਬੱਟੂ ਨੇ ਨਰ ਦਿੱਤਾ ਉਹਦੀ ਪੱਠੀ ਲਾਉਂਦੀ ਪੱਠੀ ਲਾਉਂਦੀ ਉਹਦੇ ਵਿੱਚੋਂ ਇੱਕ ਕਾਲਾ ਚੀਨਾ ਪੱਠਾ ਬਣਿਆ ਜੀ ਸਾਡੇ ਕੋਲ ਉਹ ਕਾਲਾ ਚੀਨਾ ਕਬੂਤਰੀ ਬੱਚਾ ਸ਼ੇਰ ਫਰੀਦੂ ਪਕੜੀ ਗਿਆ ਜੀ ਜੀਡੂਆ ਠੀਕ ਉਹਦਾ ਨਾਮ ਰੱਖ ਦਿੱਤਾ ਜਿੰਨਾ ਬੰਦਿਆਂ ਨੇ ਫੜਿਆ ਨਾਂਗਣੀ ਅੱਛਾ ਉਹ ਪੱਠੀ ਬਣੀ ਜੀ ਪੱਲੀ ਸਾਫ਼ ਹੋ ਕੇ ਉਹ ਐ ਫੌਜੀ ਸ਼ਬੀਰ ਆਮਦ ਦੇ ਦੋਸਤਾਂ ਜੀ ਜਿਹੜਾ ਤੁਹਾਡੇ ਸ਼ਗਿਰਦ ਨੇ ਆ ਜਿਹੜਾ ਮੇਰੇ ਸ਼ਗਿਰਦ ਨੇ ਹਾਂ ਸਹੀ ਹੈ ਇੰਨਾ ਜੀ ਉਹ ਮੈਨੂੰ ਦੇ ਦਿੱਤੇ ਠੀਕ ਮੈਂ ਉਸ ਪੱਠੇ ਤੁਹਾਡੀ ਜੀ ਤੁਹਾਡੀ ਉਹ ਗੇੜ ਕੇ گول ਚੱਕਰ ਨਾਲ ਵਾਪਸ ਆ ਗਈ ਹਾਂਜੀ ਕੀ ਬਾਤ ਉਹ ਜੀ ਜਦੋਂ ਉਸ ਪੱਠੇ ਨਾਲ ਜੋੜੇ ਕੀਤੀ ਨਾ ਜੀ ਉਹਦੇ ਵਿੱਚ ਉਹ ਰੇੜੂ ਪੈਦ ਹੋਇਆ ਜੀ ਕੀ ਬਾਤ ਆ ਕੀ ਬਾਤ ਔਰ ਇੰਨੇ ਪੈਰਾਂ ਦੇ ਸਖਤ ਕਬੂਤਰ ਔਰ ਇੰਨੀ ਲੰਬੀ ਉਡਾਰ ਮੈਂ ਆਪ ਦੀ ਜ਼ਿੰਦਗੀ ਐਸੀ ਕਬੂਤਰਾਂ ਦੀ ਬਾਦਲ ਕਬੂਤਰੀ ਨੇ ਕੀਤੀ ਏ ਫਿਰ ਮਸ਼ਕੂਰ ਸ਼ਾਲੇ ਨੇ ਜਾਂ ਉਸ ਕਬੂਤਰ ਨੇ ਕੀਤੀ ਮੈਂ ਸੁਣਿਆ ਗਰਮੀ ਦੇ ਵਿੱਚ ਨਹੀਂ ਲੱਗਦਾ ਉਸ ਕਬੂਤਰ ਵੀ ਸ਼ਾਮ ਤੇ ਕਰ ਪੰਜ ਪੰਜ ਵਜੇ ਤੇ ਕਰੋੜ ਦਾ ਸੀ ਉੱਡਦਾ ਸੀ ਬਿਗੈਰ ਪਾਣੀ ਤੋਂ ਬਿਗੈਰ ਪਾਣੀ ਤੋਂ ਅਸੀਂ ਇੱਥੋਂ ਅਨਵਰ ਵੱਟੂ ਦੇ ਅੱਡੇ ਲਵਾਇਆ ਹੋਇਆ ਜੀ ਇਹਨੇ ਤੇ 24 ਚੱਡੇ ਲਵਾ ਦਿੱਤਾ ਕੀ ਬਾਤ ਹੈ ਇੰਨਾ ਜੀ ਅਸਾਨੂੰ ਕਰ ਦਿੱਤਾ ਵਾਪਸ ਹੂੰ ਕਿ ਸਾਡੇ ਉਹ ਸੂਬਾ ਹਰੇ ਕਬੂਤਰ ਖਰਾਬ ਹੋ ਗਿਆ ਅਸੀਂ ਜੀ ਉਹ ਕਬੂਤਰ ਨੂੰ ਜਦੋਂ ਉੱਥੇ ਵਾਰੀਆਂ ਚੜਾ ਸਿੱਧੋ ਕਿ ਉਡਣ ਲੱਗ ਗਿਆ ਬਿਗੈਰ ਪਾਣੀ ਤੋਂ 5 5 5:35 ਵਜੇ ਉਹ ਬਹਿੰਦਾ ਰਿਹਾ ਜੀ ਤਕਰੀਬਨ 42 43 ਟੰਪਰੀ ਮਤਲਬ ਹਾਰ ਜੇ ਤਿੰਨ 3:30 ਵਜੇ ਦੀ ਤੇ ਉਹ ਸ਼ਾਮ ਨੂੰ ਬਹਿੰਦਾ ਸੀ 5 6 ਬੰਦ ਸੀ ਕੀ ਬਾਤ ਹੈ ਕੀ ਬਾਤ ਹੈ ਉਹਨੇ ਬੜੀਆਂ ਬਾਜ਼ੀਆਂ ਜਿਤੀਆਂ ਹਾਂਜੀ ਸਾਡੇ ਕਬੂਤਰ ਨੇ ਹਾਂਜੀ ਅੱਛਾ 1 ਲੱਖ 60 ਹਜ਼ਾਰ ਵਾਲੀ ਕੀ ਉਸਤਾਦ ਅਨਵਰ ਮੱਟੂ ਉਹ ਮੇਰੇ ਨਾਲ ਇੰਟਰਵਿਊ ਚ ਵੀ ਉਹਨਾਂ ਨੇ ਗੱਲ ਕੀਤੀ 1,60,000 ਰੁਪਏ ਦੀ ਕੀ ਗੱਲ ਐ ਇਹ ਜੀ ਮੈਂ ਉਹਨਾਂ ਦੇ ਮੌਜੂਦ ਨਹੀਂ ਹਾਂ ਸੁਜੀ ਨਾਲ ਹਾਂ ਕੋਈ ਨਹੀਂ ਡਿਸਕਸ ਉਹ ਕਰਦੇ ਆ ਸਾਡੇ ਨਾਲ ਕਿ ਮੈਂ ਸੀ ਆਪਣਾ ਲਾਲਾ ਸ਼ਮਸ਼ੇਰ ਭੱਟੀ ਤੇ ਇਹ ਅਨਵਰ ਹੈ ਦੋਨਾਂ ਨੇ ਲੜ ਕੇ ਆਪਣੇ ਇਕਬਾਲ ਟੱਲ ਨਾਲ ਕੋਈ ਐਗਰੀਮੈਂਟ ਕੀਤਾ ਲਾਲਾ ਭੱਟੀ ਆ ਲਾਲਾ ਸ਼ਮਸ਼ੇਰ ਭੱਟੀ ਲਾਲਾ ਸ਼ਮਸ਼ੇਰ ਭੱਟੀ ਜੀ ਮਰਜ਼ੀਪੁਰੇ ਵਾਲਾ ਉਹ ਦਾੜੀ ਵਾਲੇ ਜਿਹੜੇ ਨਹੀਂ ਜੀ ਨਹੀਂ ਹਾਂ ਉਹ ਦਾੜੀ ਵਾਲਾ ਤਾਂ ਹੈ ਨਾ ਜੂਨ ਦਾ ਭਾਈ ਅਲਕ ਸ਼ੇਰ ਉਹ ਸ਼ਮਸ਼ੇਰ ਪੱਟੀ ਵੱਡੇ ਲਾਲਾ ਪੱਟੀ ਉਹ ਜੀ ਆ ਉਹਨੂੰ ਲਾਲਾ ਉਹਦਾ ਨਾਂ ਹੈ ਜੀ ਲਾਲਾ ਸ਼ਮਸ਼ੇਰ ਹਾਂ ਇਹ ਉਹਨਾਂ ਨੇ ਜੀ ਇਕਬਾਲ ਟੱਲ ਨੂੰ 160000 ਰੁਪਇਆ ਦੇ ਕੇ ਇਹ ਸਾਰਾ ਸ਼ਿਕਾਰ ਉਹਦੇ ਕੋਲ ਲਿਆ ਇਕਬਾਲ ਟੱਲ ਕੋ ਅੱਛਾ ਇਹ 1.60 ਵਾਲੀ ਕਹਾਣੀ ਹੈ ਵਾ ਹਾਂਜੀ ਉਹ ਮੈਂ ਇਹ ਵੀ ਸੁਣਿਆ ਕਿ ਜਿਹੜਾ ਉਹਨਾਂ ਨੇ ਉਹਨਾਂ ਨੂੰ ਪੈਸੇ ਦੇ ਕੇ ਕਮਿਟਮੈਂਟ ਕੀਤੀ ਉਹਨੇ ਕਿਹਾ ਤੂੰ ਕੁਝ ਨਹੀਂ ਕਰਨਾ ਅਸੀਂ ਕਰਨਾ ਤੂੰ ਸਾਨੂੰ ਦੱਸਣਾ ਸਿਰਫ ਤੂੰ ਦੱਸਣਾ ਅਸੀਂ ਸਾਰਾ ਕੁਝ ਆਪਣੇ ਹੱਥੀ ਬਣਾਣਾ ਔਰ ਪ੍ਰੈਕਟੀਕਲ ਅਸੀਂ ਆਪ ਕਰਨਾ ਹੈ ਕੀ ਬਾਤ ਹੈ ਜੀ ਮਤਲਬ ਕਿ ਹੁਣ ਤੱਕ ਜਿਹੜੀ ਗੇਮ ਆ ਰਹੀ ਸੀ ਹਾਂਜੀ ਇਹ ਉਹ ਬਾਬੇ ਇਕਬਾਲ ਟੱਲ ਵਾਲੀ ਹੈ ਜਦੋਂ ਦੀ ਉਸੇ ਗੇਮ ਕਰਨ ਲੱਗਾ ਨਾ ਜੀ ਬਾਬੇ ਇਕਬਾਲ ਟੱਲ ਵਾਲੀ ਹਾਂ ਅਨਵਰ ਬੱਟੂ ਹਾਂ ਉਸ ਦਿਨ ਦੇ ਉਹਦਾ ਬਹੁਤ ਅੱਛਾ ਰਿਜ਼ਲਟ ਆ ਜੀ ਤੁਹਾਡੇ ਸਾਹਮਣੇ ਔਰ ਥਾਂ ਥਾਂ ਤੇ ਉਹਨੇ ਬਾਜ਼ੀਆਂ ਛੱਡੀਆਂ ਨੇ ਵਿਹਾੜੀ ਛੱਡੀਆਂ ਨੇ ਬੂਰੇ ਚੀਚਾ ਵਤਨੀ ਤੇਤੀ ਇਚ ਹਰ ਬਸੇ ਵੀ ਬੜਾ ਅੱਛਾ ਰਿਜ਼ਲਟ ਆ ਜੀ ਸਾਰੇ ਕੱਬੇ ਅੱਧੇ ਪਾਕਿਸਤਾਨ ਨੇ ਚੋਨੇ ਬਾਜ਼ੀਆਂ ਛੱਡੀਆਂ ਜਿੱਤੀਆਂ ਜੀ ਉਹਨੇ ਹਾਂ ਜੀ ਤੇ ਤੁਹਾਡੇ ਸਾਹਮਣੇ ਜੀ ਉਹਦਾ ਰਿਜ਼ਲਟ ਹਾਂ ਬਿਲਕੁਲ ਜੀ ਇਹ ਸਾਡੇ ਵਿਹਾੜੀ ਚ ਵੀ ਬਹੁਤ ਅੱਛਾ ਰਿਜ਼ਲਟ ਆ ਔਰ ਇਮਰਾਨ ਭਾਈ ਇਸ ਸ਼ਿਕਾਰ ਤੇ ਜਿਹੜੇ ਜਿਹੜੇ ਬੰਦਿਆਂ ਨੂੰ ਉਹਨੇ ਅੱਗੇ ਅਸ਼ੇਰ ਕੀਤਾ ਡਿਲੀਵਰ ਕੀਤਾ ਹਾਂ ਜੀ ਹਾਂ ਇਹ ਇਸ ਸ਼ਿਕਾਰ ਤੇ ਹਰ ਬੰਦਾ ਮੋਤਮੈਨ ਹੋਇਆ ਔਰ ਬਹੁਤ ਅੱਛਾ ਸ਼ਿਕਾਰ ਹੈ ਜੀ ਸਾਫ ਸੁਥਰਾ ਕੋਈ ਮੈਡੀਸਨ ਨਹੀਂ ਜੀ ਕੋਈ ਇਹਦੇ ਵਿੱਚ ਜ਼ਿਆਦੀ ਤੰਗੀ ਨਹੀਂ ਜਿਹੜਾ ਤੁਸੀਂ ਆਪ ਤਿਆਰ ਕਰੋ ਕਬੂਤਰ ਜਿਹੜੇ ਕਿ ਉਹ ਆਪ ਤਿਆਰ ਕਰਦੇ ਸੀ ਕਬੂਤਰ ਹਾਂਜੀ ਉਹਦੇ ਵਿੱਚ ਮੈਡੀਸਨ ਦਾ ਮੇਰੇ ਖਿਆਲ ਚ ਨਹੀਂ ਸੀ ਕੋਈ ਅਮਲ ਦਖਲ ਨਹੀਂ ਜੀ ਮੈਡੀਸਨ ਸਾਦਾ ਕਬੂਤਰ ਛੱਡ ਸਾਦਾ ਕਬੂਤਰ ਜੀ ਕੋਈ 1% ਅਮਲ ਦਖਲ ਨਹੀਂ ਉਹ ਕਹਿੰਦਾ ਸੀ ਮੈਂ ਉਹਦੇ ਮੇਰੇ 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 ਨਾਲ ਉਹਨਾਂ ਦਾ ਇੰਟਰਵਿਊ ਹੋਇਆ ਉਹਨੇ ਕਿਹਾ ਯਾਰ ਅਲਿਮਰਾਨ ਮੈਂ ਮੈਡੀਸਨ ਦੇ ਨੇੜੇ ਵੀ ਨਹੀਂ ਜਾਂਦਾ ਹਾਂ ਜੀ ਮੈਂ ਸਾਦੇ ਕਬੂਤਰ ਡਾਣਾ ਮੈਂ ਦੇਸੀ ਗੋਲੀ ਵੀ ਨਹੀਂ ਲਾਂਦਾ ਮੈਂ ਸਾਫੀ ਡਾਇ ਕਬੂਤਰ ਤੇ ਮੇਰੇ ਕਬੂਤਰਾਂ ਨੇ ਵੰਡ ਗੜੀ ਔਰ ਉਸਤਾਦ ਇਜਾਜ਼ਤ ਕੋਦੋਂ ਗੋਲੀ ਦੇ ਮੰਦਾ ਹੈ ਜੀ ਉਸਤਾਦ ਇਜਾਜ਼ਤ ਬਲਕਿ ਗੋਲੀ ਦੇਣ ਵਾਲੇ ਤੋਂ ਨਫ਼ਰਤ ਕਰਦਾ ਹੈ ਜੀ ਹਾਂ ਕਿ ਤੁਸੀਂ ਯਾਰ ਕਿਉਂ ਪਰਿੰਦਿਆਂ ਦੀ ਜਾਨ ਲੈਂਦੇ ਹੋ ਬਿਲਕੁਲ ਕਿਉਂ ਨਾ ਦੇਸੀ ਗੋਲੀਆਂ ਦੱਸਿਆ ਨੇ ਸਾਡੇ ਚੈਨਲ ਤੇ ਤੇ ਮੋੜ ਵੀ ਦੱਸਿਆ ਅੱਛਾ ਇਹ ਅਨਵਰ ਬੱਟੂ ਸਾਹਿਬ ਕੋ ਜਿਹੜਾ ਮੋੜ ਸੀ ਹਾਂ ਜੀ ਇਹ ਇਹ ਸਾਡ ਜਾਜ਼ ਵਾਲਾ ਮੋੜ ਸੀ ਏ ਜੀ ਕਮਰਦੀਨ ਵਾਲਾ ਬਾਬੇ ਕਮਰਦੀਨ ਵਾਲਾ ਮੋੜ ਸੀ ਜੀ 우ਸਤਾਦ ਇਜਾਜ਼ ਕੋਲੋਂ ਬੈਂਦੇ ਸੀ ਇਹ ਦੋਵੇਂ ਪਾਈ ਹਾਂ 우ਸਤਾਦ ਇਜਾਜ਼ ਇਹਨਾਂ ਨਾਲ ਰੇ ਨਮਾਈ ਕੀਤੀ ਇਹਨਾਂ ਨੂੰ ਉਹ ਮੋੜ ਲੇ ਕੇ ਦੇ ਦਿੱਤਾ ਔਰ ਬਣਾਉਂਦੇ ਵੀ ਜਿਸ ਦਿਨ ਮੋੜ ਬਣਾਣਾ ਹੁੰਦਾ 우ਸਤਾਦ ਇਜਾਜ਼ ਨੇ ਇਹਨਾਂ ਦੋਵਾਂ ਬਾਈਆਂ ਨੂੰ ਸੱਦ ਕੇ ਇਹਨਾਂ ਤੋਂ ਲਗੜਾਈ ਕਰਵਾਣੀ ਇਹਨਾਂ ਦੇ ਹੱਥੀ ਮੋੜ ਬਣਵਾਣਾ ਜੀ ਤੇ ਅਖੀਰ ਪਰਚੀ ਦੇ ਦਿੱਤੀ ਇਹਨਾਂ ਨੂੰ ਕਿ ਆਪਣੇ ਆਪ ਬਣਾਉਂਦੇ ਕਿਆ ਬਾਤ ਬੱਤੋ ਤੇ ਟੂਰੇ ਬੜਾ ਬੜਾ ਰਿਜ਼ਲਟ ਸੀ ਜੀ ਮੋੜ ਦਾ ਬਹੁਤ ਅੱਛਾ ਰਿਜ਼ਲਟ ਤੁਹਾਡੇ ਬਾਰੇ ਵੀ ਪਤਾ ਲੱਗਿਆ ਰਾਤੀ ਮੈਨੂੰ ਦੋਸਤ ਦੱਸਣ ਦੇ ਸੀ ਭਾਈ ਮੁਮਤਾਜ਼ ਚਿਸ਼ਤੀ ਹਾਲੇ ਬੈਠਕ ਕਹਿੰਦੇ ਜੀ ਜਦੋਂ ਮੋੜ ਪਿਆਂਦਾ ਰਿਹਾ ਨਾ ਜੀ ਹਾਂਜੀ ਤੇ ਭਾਈ ਮੁਸ਼ਤਾਕ ਨੂੰ ਕੋਈ ਨਹੀਂ ਸੀ ਜਿੱਤਦਾ ਬਿਲਕੁਲ ਜੀ ਕੋਈ ਸ਼ੱਕ ਨਹੀਂ ਇਹ ਉਹ ਅਨਵਾਰ ਵਾਲਾ ਮੋੜ ਹੈ ਜੀ ਉਸਤਾਦ ਇਜਾਜ਼ ਵਾਲਾ ਕਿਆ ਬਾਤ ਹੈ ਜੀ ਤੇ ਉਸਤਾਦ ਇਜਾਜ਼ ਤੋਂ ਮਿਲਿਆ ਜਨਵਰ ਬੱਟੂ ਨੂੰ ਨਹੀਂ ਜੀ ਨਹੀਂ ਮੈਂ ਅਨਵਾਰ ਬੱਟੂ ਤੋਂ ਲਿਆ ਕਿਆ ਬਾਤ ਉਸਤਾਦ ਤੁਝੇ ਜੀ ਹੈ ਉਸਤਾਦ ਇਜਾਜ਼ਤ ਵਾਲਾ ਜੀ ਉਸਤਾਦ ਇਜਾਜ਼ਤ ਹੈ ਐਸੇ ਨੇਕ ਇਨਸਾਨ ਹਨ ਉਹਨਾਂ ਨੂੰ ਕੋਈ ਗੱਲ ਮਰਜ਼ੀ ਪੁੱਛ ਲੋ ਉਹ ਦੱਸ ਦਿੰਦੇ ਨੇ ਕੀ ਬਾਤ ਹੈ ਸਾਨੂੰ ਆਪਣਾ ਬੱਚਾ ਸਾਰੀ ਦੁਨੀਆ ਨੂੰ ਗਾਈਡ ਕੀਤੀ ਖੜੋਤੇ ਜੀ ਹਾਂਜੀ ਹਾਂਜੀ ਸਾਰੀ ਦੁਨੀਆ ਹੰਦਸੀ ਜਾਂਦੀ ਹਾਂਜੀ ਅਸੀਂ ਤਾਂ ਉਹਨਾਂ ਦੇ ਪੁੱਤਰਾਂ ਹਾਂ ਜੀ ਉਹਨਾਂ ਦੇ ਸ਼ਾਗਿਰਦਾਂ ਹਾਂ ਕੋ ਤਾਂ ਕੋਈ ਇਤਨਾ ਬੰਦਾ ਚੱਲਾ ਜਾਵੇ ਉਹਨਾਂ ਦੇ ਕੋਲ ਉਹ ਕਿਸੇ ਗੱਲ ਤੋਂ ਨਫ਼ਰਤ ਨਹੀਂ ਕਰਦੇ ਮੇਰੇ ਚੈਨਲ ਵੇਖਦੇ ਪਏ ਨੇ ਕਾਫੀ ਸਾਰੇ ਦੋਸਤ ਜੀ ਇਹ ਜਿਹੜੇ ਇੰਟਰਵਿਊ ਵੇਖ ਰਹੇ ਨੇ ਜਿਹੜੇ ਉਸਤਾਦ ਜਾਦ ਇੰਟਰਵਿਊ ਵੇਖੇ ਨੇ ਉਹ ਆਪੇ ਕਹਿਣਗੇ ਕਿ ਯਾਰ ਅਸੀਂ ਗਏ ਆ ਉਸਤਾਦ ਜਾਦ ਕੋਲ ਤੇ ਉਸਤਾਦ ਜਾਦ ਨੇ ਸਾਡੀ ਸਾਰੀ ਕੁੰਡੀਆਂ ਕੱਢੀਆਂ ਜੀ ਹਾਂਜੀ ਉਹ ਕਹਿਣਗੇ ਅੱਛਾ ਜੀ ਹੁਣ ਅਸੀਂ ਆਨੇ ਆ ਤੁਹਾਡੇ ਸ਼ਿਕਾਰ ਦੇ ਤਰਫ ਅਸੀਂ ਹੁਣ ਤੁਹਾਡੇ ਕੁਝ ਸ਼ਿਕਾਰ ਦੇ ਉੱਪਰ ਜਿਹੜੀ ਕਾਪੀ ਹੈ ਉਹਦੇ ਵਰਕੇ ਬੋਲਦੇ ਆ ਅੱਛਾ ਹੁਣ ਅੱਜ ਕੱਲ ਪਰ ਪਟਾਈ ਕਰਤੀ ਜੀ ਹਾਂਜੀ ਇਸ ਪਰ ਪਟਾਈ ਦੇ ਵਿੱਚ ਤੁਸੀਂ ਕਿਹੜਾ ਦਾਣਾ ਇਸਤੇਮਾਲ ਕਰਦੇ ਆ ਅਸੀਂ ਜੀ ਮਿਕਸ ਦਾਣਾ ਪਾਉਂਦੇ ਆ ਕਣਕ ਦੋ ਕੇ ਸੁਕਾ ਕੇ ਕੋਈ ਦਾਣਾ ਹੀ ਤੁਸੀਂ ਪਾਣਾ ਦੋ ਕੇ ਸੁਕਾ ਕੇ ਪਾਓ ਹੁਣ ਸਰਸੋਂ ਤੇ ਆਪਾਂ ਧੋਵਾਂਗੇ ਤੇ ਉੱਤੇ ਆ ਜਾਂਦੀ ਹੈ ਜੀ ਸਾਰੀ ਨਹੀਂ ਆਂਦੀ ਜੂਤੇ ਅੱਛਾ ਉਹਨੇ ਧੋਣਾ ਚਾਹੀਦਾ ਉਹਨੂੰ ਤਰੀਕੇ ਨਾਲ ਧੋਣਾ ਚਾਹੀਦਾ ਉਹਦਾ ਤਰੀਕਾ ਦੱਸੋ ਉਹਨੂੰ ਜੀ ਸੇ ਆਪਾਂ ਆਟਾ ਛਾਣਨੇ ਆ ਜੀ ਹਾਂ ਹਾਂ ਉਹ ਜਿਸ ਚੀਜ਼ ਨਾਲ ਉਹਦੇ ਵਿੱਚ ਪਾ ਕੇ ਥੋੜੀ ਥੋੜੀ ਹਾਂ ਧੋਣ ਦੇ ਵਿੱਚ ਪਾਣੀ ਲਗਾਈ ਜਾਓ ਕਿਆ ਬਾਤ ਜਿਹੜਾ ਬਰੀਕ ਦਾਣਾ ਜ਼ਾਇਆ ਹੋਣ ਵਾਲਾ ਦਾਣਾ ਉਹਦੇ ਵਿੱਚੋਂ ਜ਼ਾਇਆ ਹੋ ਜਾਣਾ ਹਾਂ ਜਿਹੜਾ ਸਾਫ਼ ਸੁਥਰਾ ਦਾਣਾ ਹੋਣਾ ਉਹਨੂੰ ਸਾਈਡ ਤੇ ਰੱਖ ਕੇ ਬਾੜਾ ਜੀ ਵੇਲਾ ਕਰ ਲੋ। ਕੀ ਬਾਤ ਹੈ ਜੀ। ਮੈਂ ਤੁਹਾਨੂੰ ਕੀ ਕਿਹਾ ਸੀ ਕਿ ਕਾਫੀ ਸਾਰੇ ਟਿੱਪਾਂ ਦਾ ਹੁਣ سلسلہ ਸਟਾਰਟ ਆ। ਜਿਹੜੇ ਦੋਸਤਾਂ ਨੇ ਸ਼ੋਅ ਕਰਨਾ ਵਾ ਹੁਣ ਇਹ ਇੰਟਰਵਿਊ ਲਾਜ਼ਮੀ ਵੇਖਿਆ ਜੇ ਤੁਹਾਨੂੰ ਬੜਾ ਕੁਝ ਸਿੱਖਣ ਦਾ ਮੌਕਾ ਮਿਲੇਗਾ। ਅੱਛਾ ਜੀ ਸਰਸੋਂ, ਬਾਜਰਾ, ਹਾਂ ਜੀ। ਮੱਕਈ, ਹਾਂ ਜੀ। ਤੇ ਕਣਕ, ਚਨੇ, ਹੋਰ ਕਿਹੜਾ-ਕਿਹੜਾ ਦਾਣਾ ਜੀ? ਸੂਰਜ ਮੁਖੀ ਪਾਲੋ ਜੀ ਸੂਰਜ ਮੁਖੀ ਪਾਓ ਇਹ ਸਹੀ ਆਦਣਾ ਹਾਂਜੀ ਇੱਥੇ ਵਾਈਟ ਜਿਹੜਾ ਸੂਰਜ ਮੁਖੀ ਜਿਹਨੂੰ ਖੁਰਦਮ ਕਹਿੰਦੇ ਉਹ ਵੀ ਪਾਲੀਏ ਖੁਰਦਮ ਬਹੁਤ ਅੱਛੀ ਚੀਜ਼ ਹੈ ਜੀ ਉਹ ਪਾਉਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੇ ਕੀੜੇ ਮਲਪਾਂ ਦੀਆਂ ਆਪਾਂ ਦਵਾਈਆਂ ਦਿੰਨੇ ਕਿ 2 ਮਹੀਨੇ ਪਹਿਲੇ ਸ਼ੁਰੂ ਕਰ ਲਈਏ ਹੋ ਸਕਦਾ ਇਹ ਕੀੜੇ ਮਾਰ ਦਵਾਈਆਂ ਆਪਾਂ ਨੂੰ ਦੇਣੀਆਂ ਨੇ ਪਹਿਣ ਆ ਬੜੀ ਸੋਹਣੀ ਗੱਲ ਇਹਦੇ ਨਾਲ ਕੀੜਾ ਬਹੁਤ ਖਤਮ ਹੁੰਦਾ ਜੀ ਖੁਰਦਮ ਨਾਲ ਆਏ ਕੋੜਾ ਸੂਰਜ ਮੁਖੀ ਹੈ ਜੀ ਜੋ ਚਿੱਟੇ ਰੰਗ ਦਾ ਹਾਂਜੀ ਮਾਸ਼ਾਅੱਲਾ ਜੀ ਅੱਛਾ ਇਹ ਦਾਣਾ ਸੀ ਪਾਈਏ ਹਾਂਜੀ ਕਿੰਨੇ ਦਿਨਾਂ ਚ ਕਬੂਤਰ ਸਾਰ ਪਰ ਹੋ ਜਾਂਦਾ 45 ਦਿਨਾਂ ਜੀ ਮੁਕੰਮਲ ਸਾਰ ਪਰ ਹੋ ਜਾਂਦਾ ਕਬੂਤਰ ਤਕਰੀਬਨ ਹਾਂਜੀ ਲਮਸਮ ਹਾਂਜੀ ਅੱਛਾ ਉਸ ਤੋਂ ਬਾਅਦ ਕਿੰਨੀ ਤੁਸੀਂ ਧੁੱਪ ਲਵਾਉਂਦੇ ਹੋ ਕਬੂਤਰਾਂ ਨੂੰ 2-2 ਘੰਟੇ ਜੀ ਸਵੇਰੇ ਤੁਸੀਂ ਰੱਖਦੇ ਹੋ ਧੁੱਪ ਤੇ 8 ਦਿਨ ਧੁੱਪ ਜੋਟਾਂ ਚ ਪਾ ਕੇ ਜੋਟਾਂ ਹੀ ਪਾ ਕੇ ਜੋਲੀਆਂ ਚ ਪਾ ਦਿਓ ਜਾਲਾਂ ਚ ਬਾਹਰ ਕੱਢ ਦਿਓ 2 ਤੋਂ 2.5 ਘੰਟੇ ਸੁਬਾ ਦੇ ਦਿੱਤੇ ਸੁਬਾ ਠੰਡੀ ਤੁੱਪ ਹਾਂਜੀ ਠੰਡੀ ਤਤੀ ਨਹੀਂ ਲੁਆਣੀ ਆ ਦੋਸਤ ਸੁਣ ਲਓ ਬਾਰ ਬਾਰ ਫਿਰਨਾ ਗਿਆ ਜਿਹਦੀ ਤੁੱਪ ਦੇ ਬਾਰੇ ਫਿਰ ਤੁਸੀਂ ਮੈਸੇਜ ਕਰਨ ਲੱਗ ਜਾਂਦੇ ਹੋ ਪ੍ਰਾਈਵੇਟ ਇਨਬਾਕਸ ਕਰਨ ਲੱਗ ਜਾਂਦੇ ਹੋ ਪਰਸਨਲ ਆ ਜਾਂਦੇ ਹੋ ਆ ਸੁਣ ਲਓ ਵੇਖੋ ਨਾ ਜੀ ਇਹ ਅਟੈਕ ਕਰਦੇ ਨੇ ਜਿੰਨਾ ਲੋਕਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਜਿਹੜੇ ਚੀਜ਼ ਇਲਮ ਰੱਖਣ ਵਾਲੇ ਜਿਹੜੇ ਦੋਸਤ ਜਿਹੜੇ ਲੋਗ ਕੱਤੋਂ ਨਹੀਂ ਕਿਸੇ ਤੇ ਅਟੈਕ ਨਹੀਂ ਕਰਦੇ ਕੀ ਬਾਤ ਹੈ ਜੀ ਭਾਵੇਂ ਕੋਈ ਕੁਝ ਦੋਸਤ ਐਸੇ ਹੁੰਦੇ ਨੇ ਉਹਨਾਂ ਤੋਂ ਮਿਸਟੇਕ ਹੋ ਜਾਂਦੀ ਏ ਉਹ ਕੋਈ ਚੀਜ਼ਾਂ ਐ ਨਹੀਂ ਸਹੀ ਦੱਸ ਸਕਦੇ ਸਹੀ ਗੱਲ ਆ ਜੀ ਤੇ ਵਿੱਚ ਕੁਝ ਐਸੇ ਹਰਾਮੀ ਕਿਸਮ ਦੇ ਬੰਦੇ ਹੁੰਦੇ ਨੇ ਉਹ ਜਿਹੜੇ ਅਗਲੇ ਬੰਦੇ ਤੇ ਅਟੈਕ ਕਰਨਗੇ ਪਤਾ ਵੀ ਨਹੀਂ ਹੁੰਦਾ ਤੇ ਐਵੇਂ ਅਟੈਕ ਕਰਦੇ ਰਹਿਣਗੇ ਦੇਖਣਗੇ ਵੀ ਸਹੀ ਸਿੱਖਣਗੇ ਵੀ ਸਹੀ ਬਾਅਦ ਅਟੈਕ ਵੀ ਕਰ ਦੇਣਗੇ ਖੈਰ ਜੀ ਅੱਪਾ ਕੇ ਨੋਰ ਕਰਨਾ ਹੁਣ ਜਿਹੜਾ ਬੰਦਾ ਉਸਤਾਦ ਇਜਾਜ਼ਤ ਵਰਗੇ ਬੰਦੇ ਅਟੈਕ ਕਰੇ ਮੈਂ ਕਹਿੰਨਾ ਹੁੰਦਾ ਕੁਝ ਨਹੀਂ ਮੈਂ ਉਹ ਛੱਡੋ ਜੀ ਇਸ ਗੱਲ ਨੂੰ ਇਗਨੋਰ ਕਰੋ ਸਾਡਾ ਕੰਮ ਆ ਜੀ ਅਸੀਂ ਭਲਾ ਕਰਨਾ ਨੇਕੀ ਕਰਦੇ ਆ ਬੇਟਾ अच्छा जी 10 ਕਿ ਦਿਨ ਤੁਸੀਂ ਉਹਨਾਂ ਨੂੰ ਮਤਲਬ ਕਿ 8 ਦਿਨ ਜੀ 8 ਦਿਨ ਜੀ ਸਵੇਰ ਦੀ ਤੋਪ ਸ਼ਾਮ ਦੀ ਤੋਪ ਠੰਡੀ ਤੋਪ ਲਵਾਣੀ ਫਿਰ ਉਸ ਤੋਂ ਬਾਅਦ ਕਬੂਤਰਾਂ ਨੂੰ ਕਿਵੇਂ ਕੱਢੀ ਉਸ ਤੋਂ ਬਾਅਦ ਜੀ ਤੁਸੀਂ ਉਹਨਾਂ ਨੂੰ ਖੁੱਲਾ ਕਰੋ ਢੇੜੇ ਪਵਾਓ ਹਾਂ ਮਤਲਬਲੇ ਪਵਾਣੇ ਸਵੇਰੇ ਸਵੇਰੇ ਨੇ ਇੱਕ-ਇੱਕਲਾ ਕਬੂਤਰ ਕੱਢੀਆ ਜਾਂ ਇਕੱਠੇ ਕੀਆ ਕੱਲਾ-ਕੱਲਾ ਜੀ ਕੀਆ ਬਾਕੀ ਕੱਲੇ-ਕੱਲੇ ਕਬੂਤਰ ਨੂੰ ਢੇੜੇ ਮਰਵਾ ਕੇ ਇਹਦੀ ਵਜ੍ਹਾ ਕੀ ਕੱਲੇ-ਕੱਲੇ ਦੀ ਕੀ ਵਜ੍ਹਾ ਮਤਬਲ ਜੁਰਮਾਂ ਤੇ ਛੱਡੋਗੇ ਕੋਈ ਉਸ ਪਾਸੇ ਜ਼ੋਰ ਮਾਰ ਕੇ ਡਿੱਗੇਗਾ ਕੋਈ ਉਸ ਪਾਸੇ ਅਪਾ ਜੀ ਅਟੈਚ ਹੋ ਜਾਣਗੇ ਜੇ ਨਸਲੀ ਕਬੂਤਰਾਂ ਤੇ ਤੰਗ ਕਰੇਗਾ ਤਾਂ ਹਾਂਜੀ ਇੱਕ ਦੂਸਰੇ ਨੂੰ ਵੇਖ ਕੇ ਗੁੱਸਾ ਕਰਕੇ ਕੋਈ ਉਸ ਪਾਸੇ ਡਿੱਗੇਗਾ ਕੋਈ ਉਸ ਪਾਸੇ ਮਤਬਲ 10 ਤੁਸੀਂ ਛੱਡੇ ਨੇ ਤਾਂ 2-3 ਡਾਂਗੀ ਤੇ ਬਹਿਣਗੇ ਹਾਂ 7-8 ਪਾਸੇ ਬਹਿ ਜਾਣਗੇ ਇੱਕ ਦੂਜੇ ਨੂੰ ਵੇਖ ਕੇ ਜ਼ੋਰ ਮਾਰ ਮਾਰਦਾ ਐਦਾ ਅੱਛਾ ਖੁਦ ਕੱਚਾ ਕਬੂਤਰ ਜਿਹੜਾ ਜ਼ੋਰ ਮਾਰ ਕੇ ਤੰਗ ਹੁੰਦਾ ਨਾ ਜੀ ਹਾਂਜੀ ਉਹ ਮੈਨੂੰ ਬਤੇਰੇ ਦੋਸਤ ਨੇ ਸਵਾਲ ਕੀਤਾ ਹਾਂਜੀ ਕੱਚਾ ਕਬੂਤਰ ਜਿਹੜਾ ਤੰਗ ਹੁੰਦਾ ਹਾਂਜੀ ਫਿਰ ਉੱਡ ਕੇ ਤੰਗ ਹੋ ਕੇ ਬੈੰਦਾ ਉਹਦੇ ਸਮਾਂ ਲੰਦਾ ਕੋਈ ਤਰੀਕਾ ਹੈ ਜੀ ਤੁਸੀਂ ਜੀ ਇੱਕੋ ਸਾਡੇ ਜ਼ਿਹਨ ਮੁਤਾਬਿਕ ਅਸੀਂ ਜੀ ਕਲੀ ਦਾਲ ਚੀਨੀ ਹਾਂਜੀ ਕਲੀ ਦਾਲ ਚੀਨੀ ਦਾ ਪਾਣੀ ਪਕਾ ਕੇ ਕਿੰਨਾ ਕੁ ਪਾਣੀ ਲਈਏ ਮਤਬਲੇ ਤਕਰੀਬਨ 1 ਪਿਆਲੀ ਹੋਵੇ ਜੀ ਪਾਣੀ ਆ ਠੀਕ ਹੈ ਉਹਦੇ ਵਿੱਚ ਤੁਸੀਂ ਇੰਨਾਕ ਛੋੜਾ ਆਪੋਟੇਕ ਜਿੰਨੀ ਪੋਟੇਕ ਜਿੰਨੀ ਠੀਕ ਹੈ ਤਾਂ ਚੀਨੀ ਕੁੱਟ ਕੇ ਹਾਂ ਉਹਦਾ ਕੁੱਟ ਕੇ ਕੁੱਟ ਕੇ ਕੀ ਬਾਤ ਹੈ ਉਹਨੂੰ ਤੁਸੀਂ ਪਕਾ ਲਓ ਜੀ ਜਦੋਂ तकरीबन ਚੌਥਾਈ ਪਾਣੀ ਸੁੱਕ ਜਾਵੇ ਤਿੰਨ ਹਿੱਸੇ ਰਹਿ ਜਾਵੇ ਮਤਲਬ ਇੱਕ ਪਿਆਲੀ ਦੇ ਵਿੱਚ ਚਾਰ ਹਿੱਸੇ ਸੋਚ ਲਓ ਦਿਮਾਗ 'ਚ ਇੱਕ ਹਿੱਸਾ ਸੁੱਕ ਜਾਵੇ ਤਿੰਨ ਹਿੱਸੇ ਰਹਿ ਜਾਣ ਤਿੰਨ ਹੀ ਸੇ ਰਹਿ ਜਾਵੇ ਕੀ ਬਾਤ ਆਉਂਦੀਆਂ ਲੋਕਾਂ ਤੁਸੀਂ ਲਵਾਓ ਉਹਨੂੰ ਉਸ ਨੂੰ ਉਸ ਕਬੂਤਰ ਨੂੰ ਕੀ ਬਾਤ ਹੈ ਦੋ ਦਿਨ ਉਸ ਪਾਣੀ ਨਾਲ ਸੰਭਾਲੋ ਇਨਸ਼ਾਅੱਲਾ ਤੁਹਾਡਾ ਕਬੂਤਰ ਥੱਕ ਕੇ ਨਹੀਂ ਪਵੇਗਾ ਮਾਸ਼ਾਅੱਲਾ ਜੀ ਕੀ ਬਾਤ ਕੀ ਬਾਤ ਹੈ ਬਹੁਤ ਜ਼ਬਰਦਸਤ ਜੀ ਮੇਰਾ ਆਪਣਾ ਵੀ ਅਜ਼ਮਾਇਆ ਹੋਇਆ ਜੀ ਹਾਂ ਜਿਹੜਾ ਆਸੇ ਪਾਸੇ ਬਿਲਕੁਲ ਸਹੀ ਦੱਸਣ ਦਿਓ ਤੁਸੀਂ ਜਿਹੜਾ ਆਸੇ ਪਾਸੇ ਕਬੂਤਰ ਡਿੱਗਦਾ ਹੈ ਜੀ ਹਾਂ ਤੁਸੀਂ ਚੱਕ ਕੇ ਲੈਂਦੇ ਨੇ ਹਾਂ ਉਹਨੂੰ ਦੋ ਵਾਰੀ ਉਸ ਪਾਣੀ ਨਾਲ ਸੰਭਾਲੋ ਤੀਜੀ ਵਾਰੀ ਤੁਹਾਡਾ ਕਬੂਤਰ ਛਤਰੀ ਤੇ ਬਵੇਗਾ ਪਾਸੇ ਨਹੀਂ ਡਿਕੇਗਾ ਪਾਸੇ ਨਹੀਂ ਡਿਕੇਗਾ ਉਹ ਐਸਾ ਮਤਲਬ ਕਿ ਉਹਨ ਦੇ ਵਜੂਦ ਦੇ ਵਿੱਚ ਫਾਇਦਾ ਕਰੇਗਾ ਹਰਾਰਤ ਪੈਦਾ ਕਰੇਗਾ ਉਹ ਨੁਕਸਾਨ ਨਹੀਂ ਕਰੇਗਾ ਬਲਕਿ ਫਾਇਦਾ ਕਰੇਗਾ ਹਾਂਜੀ ਅੱਛਾ ਜੀ ਇਹ ਹੁਣ ਆਪਾਂ ਕਬੂਤਰ ਕੱਚੇ ਕੱਢਨੇ ਸ਼ੁਰੂ ਕਰਦੇ ਹਾਂ ਹਾਂਜੀ ਕਿੰਨੇ ਦਿਨ ਇਹਨਾਂ ਨੂੰ ਕੱਚਿਆਂ ਉਡਾਓਗੇ ਅਸੀਂ ਇਮਰਾਨ ਭਾਈ ਇਹਨਾਂ ਨੂੰ ਉਡਾਨੇ ਆ 10 ਤੋਂ 11 ਦਿਨ ਠੀਕ ਹੈ ਕਣਕ ਤੇ ਕਣਕ ਦੇ ਉਡਾਣੇ ਕੱਲੀ ਕਣਕ ਤੇ ਮਤਲਬ ਕਿ ਫਰਾ ਕਣਕ ਦੇਣੀ ਹੈ ਹਾਂਜੀ ਸਰ ਪਰ ਦੇਣੀ ਆ ਜਾਂ ਖੁਸ਼ਕ ਦੇਣੀ ਨਹੀਂ ਜੀ ਧੋ ਕੇ ਧੋ ਕੇ ਸੁਕਾ ਕੇ ਧੋ ਕੇ ਸੁਕਾ ਕੇ ਉਹਨਾਂ ਨੂੰ ਪਾਣੀ ਸ਼ੁਰੂ ਕਰ ਦੇਣੀ ਉਡਾਂ ਨਾਲੇ ਕਬੂਤਰ ਸਹੀ ਹੈ ਸਹੀ ਹੈ ਕਣਕ ਤੇ ਅਸੀਂ ਉਹਨਾਂ ਨੂੰ ਸਿੱਧਾ ਪਧਰਾ ਕਰਨਾ ਹੈ ਜੀ ਅੱਜ ਛੱਡ ਦਿੱਤੇ ਕੱਲ ਛੱਡ ਦਿੱਤੇ 10 ਤੋਂ 11 ਦਿਨ ਕੀ ਬਾਤ ਹੈ ਜਿਹੜੇ ਕਬੂਤਰ ਵਿੱਚ ਆਗੇ ਜ਼ਿਹਨ ਚ ਕਿ ਇਹਨਾਂ ਨੂੰ ਵਿਦਾਮ ਸ਼ੁਰੂ ਕਰੀਏ ਉਹ ਆਪਣੇ ਆਪ ਹੀ ਵੰਡ ਕੱਢ ਲੈਣੀ ਉਹਨਾਂ ਨੇ ਹਾਂਜੀ ਆਪਣੇ ਆਪ ਉਨਾਂ ਨੂੰ ਜੀ ਅਸੀਂ ਫਿਰ ਆਪਣੇ ਤਰੀਕੇ ਨਾਲ ਬਦਾਮ ਸ਼ੁਰੂ ਕਰਨੇ ਆ। ਅੱਛਾ ਜੀ। ਉਹ ਕਬੂਤਰਾਂ ਨੂੰ ਤੁਸੀਂ ਮਤਲਬ ਕਿ एलान ਸੀਗਾ ਜੀ ਫੋਟਗੀ ਦਾ। ਜੀ ਜੀ ਬਿਲਕੁਲ ਜੀ। ਬਾਬਾ ਖਾਦਮ हुसैन ਸਾਡਾ ਮੱਲੇ ਦਾ ਸੀ ਉਹ ਫੋਟ ਹੋ ਗਿਆ ਜਿੱਲਾ ਨੂੰ ਜन्नत-ਏ-ਫਰਦੋਸ ਜਗਾ ਦੇ ਵੇ ਜੀ। ਤੇ ਤੁਸੀਂ ਉਹ ਕਣਕ ਲਗਾਤਾਰ ਕਬੂਤਰ ਨੂੰ ਖਲਾਂਦੇ ਹੋ। ਇਹ ਕਬੂਤਰ ਤੁਹਾਡਾ ਜ਼ਿਆਦਾ ਆਡਰ ਰਿਆ। ਤੁਹਾਨੂੰ ਪਤਾ ਲੱਗ ਗਿਆ ਯਾਰ ਇਹਨੂੰ ਬਦਾਮ ਪਾਣੇ। ਉਹਨੂੰ ਬਦਾਮ ਕਿਵੇਂ ਸ਼ੁਰੂ ਕਰਦੇ ਹੋ? ਉਹਨੂੰ ਜੀ ਅਸੀਂ ਆਪਣੀ ਜਿਸ ਤਰ੍ਹਾਂ ਦੀ ਹੁੰਦੀ ਤਬੀਅਤ ਹੈ। ਸਹੀ ਹੈ। ਮਤਲਬ ਇਹ ਕਬੂਤਰ 15 ਵਿਦਾਮ ਖਿੱਚਦਾ ਹੈ ਆਹਾਹਾਹਾ ਕੀ ਬਾਤ ਹੈ ਅਸੀਂ ਉਹਨੂੰ 15 ਹੀ ਦੇਣੇ ਨੇ ਕੁਝ ਲੋਕ ਦੋਸਤ ਐ ਇਸੇ ਹੁੰਦੇ ਨੇ ਕਿ ਜਿਹੜੇ ਅਤੀਤੀ ਦੇ ਦਿੰਦੇ ਨੇ ਕੱਚੀਆਂ ਕਬੂਤਰਾਂ ਨੂੰ ਵਿਦਾਮ ਤੇ ਉਹ ਸਵੇਰੇ ਓਵੇਂ ਪੋਟੇ 'ਚ 8-10 ਲੈ ਕੇ ਬੈਠੇ ਹੁੰਦੇ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਉਹ ਬੇਕਾਰ ਹੋ ਜਾਂਦੇ ਬੇਕਾਰ ਹੋ ਜਾਂਦੇ ਕਦਿਆਂ ਕਬੂਤਰ ਬਾਜ਼ੀ ਬੜੀ ਬੜੀ ਨਾ ਟੈਕਨੀਕਲ ਗੱਲ ਦੱਸੀ ਭਾਈ ਤੁਸੀਂ ਕਬੂਤਰਾਂ ਨੂੰ ਵਿਦਾਮ ਹੁੰਨੇ ਕਿਦਿਓ ਕਿ ਜਿੰਨੇ ਕੋ ਹਜ਼ਮ ਕਰਦੇ ਹੋ ਕਿਆ ਬਾਤ ਹੈ ਸਵੇਰੇ ਤੁਹਾਡਾ ਕਬੂਤਰ ਖਾਲੀ ਹੋਵੇ ਹੋਰ ਸਾਫ਼ ਹੋਵੇ ਉਹਨੂੰ ਛੱਡੋ ਆਪਣੀ ਮਰਜ਼ੀ ਨਾਲ ਬਵੇ ਉਹਨੂੰ ਪਲਟਾਣ ਦੀ ਵੀ ਜ਼ਰੂਰਤ ਨਹੀਂ ਨਹੀਂ ਜੀ ਨਹੀਂ ਉਹਨੂੰ ਪਲਟਾਣ ਦੀ ਕੋਈ ਜ਼ਰੂਰਤ ਨਹੀਂ ਪਲਟਾਣਾ ਉਦੋਂ ਚਾਹੀਦਾ ਕਬੂਤਰ ਜਦੋਂ ਪਲਟਾਣ ਦੇ ਹੱਕ ਦਾ ਹੋਵੇ ਪਲਟਾਣ ਦੇ ਹੱਕ ਦਾ ਹੋਵੇ ਉਹਦੇ ਅੰਦਰ ਪਤਾ ਹੋਵੇ ਕਿ ਆਂਦੇ ਹਾਂਜੀ ਇਹਦੇ ਅੰਦਰ ਐਸ਼ਾ ਤੇ ਇੱਕ ਕੰਮ ਖਰਾਬ ਕਰੇਗੀ ਜੀ ਤੇ ਮੌਸਮ ਨੂੰ ਵੇਖ ਕੇ ਤੁਸੀਂ ਉਹਨੂੰ ਪਲਟਾਓਗੇ ਹਾਂਜੀ ਕਿਆ ਬਾਤ ਹੈ ਅਗਰ ਤੁਸੀਂ ਕੱਚਾ ਕਬੂਤਰ ਪਲਟਾ ਦਿੱਤਾ ਤੁਹਾਡਾ ਬਾਜ਼ੀ ਵਾਲਾ ਨਹੀਂ ਰਹਿਣਾ ਹਾਂ ਕੱਚੇ ਕਬੂਤਰਾਂ ਨੂੰ ਪਾਣੀ ਦੇ ਦਿੱਤਾ ਤੁਹਾਡਾ ਬਾਜ਼ੀ ਵਾਲਾ ਨਹੀਂ ਰਹਿਣਾ ਜਿਆਦਾ ਜਿਆਦਾ ਗਰਮੀ ਹੋਵੇ ਤਾਂ ਪਲਟਾ ਲਓ ਮੇਰੇ ਖਿਆਲ ਚ ਕੀ ਕਹਿੰਦੇ ਹੋਂਦੇ ਬਾਜ਼ੀ ਨਹੀਂ ਜੀ ਨਹੀਂ ਤੁਸੀਂ ਗਰਮੀ ਹੈ ਜਾਂ ਲੱਚਾ ਕੇ ਵਿਦਾਮ ਹੀ ਕੱਚੇ ਕਬੂਤਰਾਂ ਨੂੰ 1 ਇੱਕ ਦਿਓ ਕਿ ਸਵੇਰੇ ਸਾਫ਼ ਹੋਣ ਕੀ ਬਾਤ ਅਗਰ ਕੋਈ ਕਬੂਤਰ ਜ਼ਿਆਦਾ ਵਿਦਾਮ ਤੁਹਾਡਾ ਲਈ ਬਿਠਾ ਉਹਨੂੰ ਨਾ ਛੱਡੋ ਹਾਂ ਛੱਡੋ ਹੀ ਨਾ ਪਰ ਪਲਟਾ ਦਿਓ ਛੱਡੋ ਹੀ ਨਾ ਉਹਨੂੰ ਅਗਲੇ ਦਿਨ ਛੱਡ ਲਓ ਕੀ ਬਾਤ ਯਾਰ ਬੜੀ ਟੈਕਨੀਕਲ ਗੱਲ ਕੀਤੀ ਆ ਭਾਈ ਹਾਂ ਜੀ ਮੁਸ਼ਤਾਕ ਬਹੁਤ ਟੈਕਨੀਕਲ ਗੱਲ ਕੀਤੀ ਹੈ ਇਹ ਜਿਹੜੇ ਸਿਫ ਸਮਝਣ ਵਾਲੇ ਸਮਝਣਗੇ ਇਸ ਗੱਲ ਨੂੰ ਜੀ ਹਾਂ ਅੱਛਾ ਜੀ ਫਿਰ ਉਸ ਤੋਂ ਬਾਅਦ ਉਹਨੇ ਕਿ ਬਾਦਾਮ ਪਾਣੇ ਤੇ ਉਹ ਹੁਣ ਬਾਦਾਮ ਦੇ ਲਾਇਕ ਹੋ ਗਿਆ ਤੇ ਪਾਣੀ ਦੇ ਵਿੱਚ ਕਾੰਦੇਓ ਪਾਣੀ ਜੀ ਕਬੂਤਰ ਆਪਣੇ ਆਪ ਮੰਗ ਲੈਂਦਾ ਉਹ ਕਿਵੇਂ ਪਤਾ ਚੱਲਦਾ ਜੀ ਪਾਣੀ ਵਾਲਾ ਇਹ ਜੇ ਇੱਕ ਕਬੂਤਰਬਾਜ਼ੀ ਕਿਤਾਬੀਆਂ ਕਿਤਾਬਾਂ ਦੀ ਜਾਂ ਕਾਪੀਆਂ ਦੀ ਹੁੰਦੀ ਨਾ ਯਕੀਨ ਕਰ ਜੋ ਯੂਟਿਊਬ ਤੋਂ ਫੇਸਬੁੱਕ ਤੋਂ ਸਾਰਾ ਕੁਝ ਕੱਢ ਕੇ ਬੰਦੇ ਘਰ ਬੈਠੇ ਸ਼ਿਕਾਰੀ ਬਣ ਜਾਂਦੇ ਕਿਸੇ ਦੇ ਸਿਰ ਤੇ ਪੱਗ ਨਾ ਰੱਖਦੇ ਕੀ ਬਾਤ ਹੈ ਇਹ ਗੱਲ ਸੱਚੀ ਬਾਈ ਜਾਨ ਇਹ ਕਬੂਤਰਬਾਜ਼ੀ ਅਕਲ ਦੀ ਹੈ ਹਾਂ ਸਹੀ ਗੱਲ ਹੈ ਤੁਹਾਡੀ ਅਕਲ ਆਪਣੇ ਆਪ ਕੰਮ ਕਰਨ ਹੋ ਜਾਂਦੀ ਜਦੋਂ ਤੁਹਾਡੀ ਪ੍ਰੈਕਟੀਕਲ ਕਰਨ ਲੱਗ ਜਾਂਦੀ ਜਦੋਂ ਤੁਸੀਂ ਪ੍ਰੈਕਟੀਕਲ ਕਰਨਾ ਹੈ ਤੁਹਾਡੇ ਸਾਹਮਣੇ ਕਬੂਤਰ ਬੈਠਣਾ ਆ ਕੇ ਹਾਂ ਤਿੰਨ ਤਿੰਨ ਚਾਰ ਚਾਰ ਵਜਦੀਆਂ ਵਾਰੀਆਂ ਗੇੜਨ ਹੋ ਗਿਆ ਕਬੂਤਰ ਪਿੱਛੇ ਆਣ ਹੋ ਗਿਆ ਜਿਸਮ ਸੁਕਾ ਗਿਆ ਉਦੋਂ ਤੁਸੀਂ ਉਹਨੂੰ ਪਾਣੀ ਚਕਾਓ ਨਹੀਂ ਹਾਂਜੀ ਬਿਲਕੁਲ ਚਰਬੀ ਖੁਸ਼ ਕਰਕੇ ਅੱਗੇ ਜਾਣ ਹੀ ਨਾ ਪਤਾ ਲੱਗਿਆ ਇਹਨਾਂ ਪਾਣੀ ਚਕਣਾ ਹਾਂਜੀ ਅੱਛਾ ਇੱਕ ਗੱਲ ਦੱਸੋ ਭਾਈ ਮੁਸ਼ਤਾਕ ਤੁਸੀਂ ਗੱਲ ਕੀਤੀ ਆ ਆਪਣੀ YouTube ਤੇ ਥਿਊਰੀ ਤੇ ਹੈ ਨਾ ਜੀ ਪ੍ਰੈਕਟੀਕਲ ਨਹੀਂ ਆ ਹਾਂਜੀ ਲੇਕਿਨ ਜਿਹੜੀ ਆਪਾਂ ਗੱਲਾਂ ਦੱਸ ਰਹੇ ਆਂ ਦੇ ਬਾਰੇ ਤੁਸੀਂ ਕੀ ਦੱਸੋ ਵੀ ਇਹ ਠੀਕ ਨਹੀਂ ਦੱਸਦੇ ਆਪਾਂ ਇਹ ਬਿਲਕੁਲ ਜੀ ਅਸੀਂ ਜਿਹੜਾ ਪ੍ਰੈਕਟੀਕਲ ਕੀਤਾ ਹੈ ਔਰ ਨੀਤੂ ਹੀ ਮਾਨੂੰ ਅਸੀਂ ਉਹ ਗੱਲਾਂ ਦੱਸ ਰਹੇ ਆਂ ਔਰ ਉਸਤਾਦ ਇਜਾਜ਼ਤ ਦੇ ਸ਼ਾਗਿਰਦ ਆਂ ਹਾਂ ਤੇ ਉਹਨਾਂ ਦੀ ਤਰबीयत ਦੀ ਸਾਨੂੰ ਇਹ ਹੀ ਉਹ ਦਿੱਤੀ ਹੋਈ ਹੈ ਕਿ ਝੂਠ ਨਹੀਂ ਬੋਲਣਾ ਸੱਚ ਬੋਲਣਾ ਸਿੱਧਾ ਸੱਚ ਬੋਲਣਾ ਹੈ। ਕੀ ਬਾਤ ਹੈ। ਔਰ ਜਿਹੜਾ ਬੰਦਾ ਤੁਹਾਡੇ ਕੋਲ ਕੋਈ ਗੱਲ ਪੁੱਛੇ ਉਹਨੂੰ ਸੱਚੀ ਗੱਲ ਦੱਸੋ। ਅੱਛਾ ਇਹ ਬਾਦੀ ਤੋਂ ਕਿੰਨੇ ਦਿਨ ਪਹਿਲੇ ਪਾਣੀ ਚ ਕਾ ਲੈਂਦੇ ਹੋ ਤੁਸੀਂ ਕਿੰਨਿਆਂ ਕਿ ਪਾਣੀ ਚ ਕਾਣਾ ਚਾਹੀਦਾ ਕਿੰਨੇ ਤਕਰੀਬਨ 4 ਫਿਰਤਾਂ ਪਹਿਲੇ ਚਕਾਣਾ ਚਾਹੀਦਾ ਜੀ। ਜਿੰਨੀ ਲੇਟ ਕਰੋ। 2 ਦਿਨ ਘੱਲੋ। ਹਾਂਜੀ। ਕੀ ਬਾਤ ਹੈ ਜੀ। ਤੇ ਲਾਸਟ ਪਾਣੀ ਗੇੜਿਆਂ ਤੇ ਕਿੰਨਾ ਦਿੰਦੇ ਹੋ? ਅਸੀਂ ਜੀ ਗੇੜਿਆਂ ਦੇ ਦਿਨ 20 ਸੀਸੀ ਪਾਣੀ ਦੇ ਕੇ ਛੱਡਨੇ ਆ। ਹਾਂ। ਕਿ ਕਬੂਤਰ ਰੈਲਾ ਬਾਣ ਹੁੰਦਾ। ਕੀ ਬਾਤ ਹੈ? ਕੀ ਬਾਤ? 12 ਵਜੇ, 1 ਵਜੇ। ਅਬ ਕਬੂਤਰ ਨੇ ਬੈਠਣਾ ਤਾਂ ਆਪਣੀ ਮਰਜ਼ੀ ਨਾਲ ਹੀ ਹੁੰਦਾ ਨੇ। ਅੱਛਾ ਇਹ 20 ਸੀਸੀ ਕਿੰਨੀ ਕੀ ਦੇਰ ਚ ਖਿੱਚ ਜਾਂਦਾ ਹੈ ਕਬੂਤਰ? ਇਹ ਕਬੂਤਰ ਜੀ 10 ਵਜੇ ਪਾਣੀ ਸਾਫ਼ ਕਰ ਜਾਂਦਾ ਹੈ। ਜਿਹੜਾ ਤੰਦਰੁਸਤ ਕਬੂਤਰ ਹੋਵੇ ਬਿਲਕੁਲ ਇੱਕ ਘੰਟੇ ਜਦਾਸੀ ਸੀ ਖਿੱਚ ਜਾਂਦਾ, 11 ਸੀ ਖਿੱਚ ਜਾਂਦਾ। ਹਾਂਜੀ। ਕੀ ਬਾਤ ਹੈ। ਉਹ ਫਿਰ ਤੁਹਾਨੂੰ ਪਤਾ ਯਾਰ ਇਹਨੂੰ ਓਕਾ ਸੋਕਾ ਜਨਾ ਸੋਹਣੇ ਮजूद ਨਹੀਂ ਬਿਠਾ ਲਈਏ। ਅੱਗੋਂ ਚੰਗੀ ਤਰੀਕੇ ਨਾਲ ਸਾਮਕੇ ਤਿਆਰੀ ਕਰਕੇ ਤਾਂ ਬਚਾੜ ਦੇ ਕਿਉਂਕਿ ਆਪਾਂ ਇੱਕ ਦਿਨ ਦੀ ਆਪਣੀ ਤਿਆਰੀ ਹੁੰਦੀ ਗੇੜੇ। ਤਿਆਰੀ ਤੇ ਬਾਜ਼ੀ ਹਾਂਜੀ ਐਵੇਂ ਹੁੰਦਾ ਨਾ ਜੀ ਹਾਂਜੀ ਅੱਛਾ ਤੇ ਬਾਜ਼ੀ ਵਾਲ ਦੇ ਕਿੰਨਾ ਪਾਣੀ ਦਿੰਦੇ ਹੋ 30 ਸੀਸੀ 30 ਸੀਸੀ ਹਾਂਜੀ ਕੋਈ ਦੋਸਤ 50 50 60 60 ਸੀਸੀ ਦਿੰਦੇ ਗਲਤ ਕਰਦੇ ਜੀ ਗਲਤ ਕਰਦੇ ਹਾਂਜੀ ਗਲਤ ਅੱਛਾ ਇਹ ਸੋਚ ਗਲਤ ਆ ਵੀ ਜੇ ਕਬੂਤਰ ਪਾਣੀਆਂ ਨਾਲ ਉੱਡਦੇ ਤੇ ਬੰਦੇ ਪੋਟੇ ਪਾੜ ਦਿੰਦੇ ਕਬੂਤਰਾਂ ਦੇ ਪਾਣੀ ਦੇ ਦੇ ਕੇ ਬੜੀ ਸੋਹਣੀ ਗੱਲ ਕੀਤੀ ਭਾਈ ਮੁਸ਼ਤਫਾ ਪਾਣੀ ਕਬੂਤਰ ਨੂੰ 30 cc ਬਹੁਤ ਜ਼ਿਆਦਾ ਜੀ ਕਬੂਤਰ ਆਪਣੇ ਖੂਨ ਨਾਲ ਉੱਡਦਾ ਹੈ ইমরান ਭਾਈ ਪਾਣੀ ਨਾਲ ਕਬੂਤਰ ਨਹੀਂ ਉੱਡਦੇ ਨਾ ਗੋਲੀਆਂ ਨਾਲ ਉੱਡਦੇ ਨੇ ਕਬੂਤਰ ਆਪਣੇ ਖੂਨ ਨਾਲ ਉੱਡਦਾ ਹੈ ਜਿਸ ਦਾ ਟ੍ਰੇਨਿੰਗ ਨਾਲ ਉੱਡਦਾ ਟ੍ਰੇਨਿੰਗ ਨਾਲ ਅੱਛਾ ਮੁਹਬਤ ਥਲੇ ਬੀਠੋਵੇ ਜੀ ਉਹਨੂੰ ਸੰਭਾਲਣ ਵਾਲਾ ਉਹਨੂੰ ਟਾਈਮ ਦੇਣ ਵਾਲਾ ਅੱਛੇ ਖੂਨ ਦਾ ਕਬੂਤਰ ਹੋਵੇ ਉਹ ਆਪਣਾ ਰੰਗ ਵਿਗਾ ਦਿੰਦਾ ਹੁਣ ਆਪ ਪੰਜ ਬੱਚੇ ਛੱਡੇ ਸਵੇਰ ਤੜੇ ਸਾਂਹ ਉਹ ਇੱਕ ਉੱਡੀ ਜਾਂਦਾ ਹੋ ਬਾਕੀ ਬਹਿ ਗਏ ਹਾਂਜੀ ਉਹਨਾਂ ਉਹਦਾ ਅਸਰਾ ਵੀ ਨਹੀਂ ਕੀਤਾ ਜੀ ਮਤਲਬ ਕਿ ਬਲੱਡ ਲਾਈਨ ਹੁੰਦੀ ਐ ਸੀ ਹਾਲਾਂਕਿ ਮਾੜੇ ਇਹ ਵੀ ਕੋ ਨਹੀਂ ਲੇਕਿਨ ਉਹ ਕਹਿੰਦਾ ਨਹੀਂ ਜੀ ਮੈਂ ਉੱਡਣਾ ਤਾਂ ਕੁਝ ਕਬੂਤਰਾਂ ਦੇ ਬੱਚੇ ਆਸਤਾ ਆਸਤਾ ਸਟਾਰਟ ਲਿੰਦੇ ਨੇ ਜੀ ਕੁਝ ਜਲਦੀ ਲੈ ਲੈਂਦੇ ਜਲਦੀ ਲੈ ਜਾਂਦੇ ਅੱਲਾਹ ਤਾੜਾ ਭਲਾ ਕਰੇ ਅੱਛਾ ਜੀ ਤੁਸੀਂ ਗੋਲੀ ਤੇ ਲਾਂਦੇ ਨਹੀਂ ਤੁਸੀਂ ਆਖਿਆ ਜੀ ਅਸੀਂ ਗੋਲੀ ਨਹੀਂ ਲਾਂਦੇ ਲਾਂਦੇ ਆਂ ਜੀ ਗੋਲੀ ਅੱਛਾ ਜਿਹੜਾ ਕਬੂਤਰ ਤੂੰ ਉਡਾਇਆ ਅਸੀਂ ਉਹਨੂੰ ਨਹੀਂ ਵੇਖਿਆ ਹਾਂ ਬਿਲਕੁਲ 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 ਉਹਨੂੰ ਅਸੀਂ ਗੋਲੀ ਦੇ ਕੇ ਛੱਡਿਆ ਇਹ ਮੈਡੀਸਨ ਵਾਲੀ ਦੇਸੀ ਕੁਛ ਮੈਡੀਸਨ ਹੈ ਜੀ ਕੁਛ ਦੇਸੀ ਹੈ ਅੱਛਾ 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 ਹਾਂ ਜੀ ਕੋਈ ਯਾਦ ਹੈ ਕੋਈ ਗੋਲੀ ਜੀ ਹਾਂ ਜੀ ਯਾਦ ਹੈ ਕੋਈ ਦੱਸੋ ਕੋਈ ਗੋਲੀ ਸਾਨੂੰ ਮਤਲਬ ਇਹ ਗੋਲੀਆਂ ਤੇ ਇਹੋ ਮੋਟੀ ਵਾਲ ਮਾਡਰ ਨਹੀਂ ਹੈ ਜੀ ਸਾਧਨ ਵਰ ਬੱਟੂ ਕਹਿੰਦੇ ਹੁੰਦੇ ਆ ਕਿ ਕੋਈ ਸਾਹਮਣੇ ਦੇ ਦਿੰਦਾ ਤਾਂ ਕੋਈ ਡੱਬ ਚ ਲੈ ਲੇ ਬਾਬੇ ਲੋਕੋ ਕੇ ਦੇ ਦਿੰਦਾ ਆ ਸਹੀ ਆ ਤੁਸੀਂ ਗੋਲੀਆਂ ਵੇਵਾ ਦਸੀਆਂੀਆਂ ਜੀ ਇਮਰਾਨ ਭਾਈ ਮੋਟੀ ਵਾਲੀ ਗੋਲੀ ਹਾਂ ਮਾਡਰਨ ਇੱਕ ਗੋਲੀ ਹਾਂ ਦੇਖਸਾ ਗੋਲੀ ਹਾਂ ਬੈਟਰੀ ਲਾਨੇ ਗੋਲੀ ਬੈਟਰੀ ਲਾਂ ਜੀ ਹਾਂ ਬੈਟਰੀ ਲਾਨ ਠੀਕ ਹੈ ਜੀ ਇੱਕ ਗੋਲੀ ਮੈਥਿਕ ਵਾਲ ਇਹ ਤਾਂ ਤੁਸੀਂ ਆਪਣੀ ਰਿਜੀਨਲ ਹੀ ਦੱਸੇ ਰਾਤੀ ਤੁਸੀਂ ਮੈਨੂੰ ਦੱਸੀ ਸੀ ਹਾਂ ਜੀ ਉਹ ਤੁਹਾਡੀ ਖੈਰ ਹੋਵੇ ਇਹਨਾਂ ਨੂੰ ਪੀਸ ਕੇ ਜੀ ਔਰ ਮੇਰੇ ਚੈਨਲ ਵਾਲਿਓ ਤੁਹਾਡੀ ਖੁਸ਼ ਨਸੀਬੀ ਆ ਮੇਰੇ ਜਿਹੜੇ ਵਿਊਅਰ ਨੇ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਵੱਲਾ ਬਾਖੁਦਾ ਇਹ ਆਪਣੀ ਸੱਚੀ ਗੋਲੀ ਔਰ ਸਿੱਧੀ ਗੋਲੀ ਤੁਹਾਨੂੰ ਦੱਸੀ ਜਾਂਦੇ ਨੇ ਕਿ ਯਾਰ ਮੈਂ ਗੋਲੀ ਹਜ਼ਰੂ ਇਮਾਨ ਤੇ ਸਹੀ ਗੱਲ ਹੈ 100% ਸੱਚੀ ਗੱਲ ਕਰ ਰਹੇ ਹੋ ਹਰ ਰਾਤੀ ਦੱਸੀ ਮੈਨੂੰ ਗੋਲੀ ਆਪਣੀ ਹਾਰ ਜਿੱਤ ਹੁੰਦੀ ਹੈ ਆਪਣੇ ਨਸੀਬ ਦੀ ਆਪਣੇ ਬਖਤਾਂ ਦੀ ਕੋਈ ਗੋਲੀਆਂ ਨਾਲ ਜਿੱਤ ਹੁੰਦੀ ਤੇ ਸਾਰੇ ਪੰਜਾਬ ਵਿੱਚੋਂ ਬੰਦੇ ਗੋਲੀਆਂ ਲੈ ਸਕਦੇ ਹਾਂ ਬਿਲਕੁਲ ਤੂੰ ਮੇਰੇ ਤੋਂ ਲੈ ਸਕਨੇ ਹੈ ਮੈਂ ਤੇਰੇ ਤੋਂ ਲੈ ਸਕਨਾ ਜਿੱਤੇ ਨਸੀਬ ਦੀ ਅੱਛਾ ਜੀ ਇਹ ਪੰਜ ਗੋਲੀਆਂ ਲੈ ਲਈਆਂ ਇਹ ਪੰਜ ਗੋਲੀਆਂ ਲੈ ਕੇ ਨਾ ਜੀ ਦੋ ਛੋਟੀ ਇਲਾਚੀ ਦੋ ਲੈ ਲੈਣੀਆਂ ਛੋਟੀਆਂ ਇਲਾਚੀਆਂ ਉਹਨਾਂ ਦੇ ਬੀ ਕੱਢ ਲੈਣੇ ਕੀ ਬਾਤ ਹੈ ਜੀ ਜਿੰਨਾਂ 'ਚ ਕੁਛ ਇਲਾਚੀਆਂ ਦੇ ਬੀ ਹੁੰਦੇ ਨੇ ਬੂਰੇ ਜਿਹਦੇ ਕਾਲੇ ਹੋ ਕਾਲੇ ਹੋਣ オリジナル ਹੋਵੇ オリジナル ਇਲਾਚੀਆਂ ਲੈ ਕੇ ਉਹਨਾਂ ਦੇ ਬੀ ਕੱਢ ਕੇ ਨਾ ਜੀ ਉਹ ਤੋਂ ਸਾਫ਼ ਕਰ ਲੋ ਜਿਹੜੀ ਉਹ ਚੀਜ਼ ਸਾਫ਼ ਕਰਕੇ ਮਸਲ ਕੇ ਉਹਨਾਂ ਨੂੰ ਪੀਸ ਲੋ ਹਾਂ ਮਤਲਬ ਇਹ ਪਾਊਡਰ ਬਣਾ ਲਓ ਉਹਨਾਂ ਦਾ ਉਹ ਗੋਲੀਆਂ ਦਾ ਪਾਊਡਰ ਹੋ ਗਿਆ ਉਹ ਗੋਲੀਆਂ ਦਾ ਹੀ ਪਾਊਡਰ ਹੋ ਗਿਆ ਉਹ ਵਿੱਚ ਮਿਕਸ ਕਰਤਾ ਉਹਨਾਂ ਦੇ ਵਿੱਚ 30 ਦਾਣੇ ਤੁਸੀਂ ਦ੍ਰਿਸ਼ਕ ਮਿਲਾਨੀ ਹੈ ਦ੍ਰਿਸ਼ਕ ਦ੍ਰਿਸ਼ਕ ਜ਼ੀਰ ਜ਼ਿਰਸ਼ਕ ਸ਼ੀਰੀ ਕਹਿੰਦੇ ਨੇ ਹਾਂਜੀ ਅੱਛਾ ਜੀ ਉਹਨੂੰ ਉਹਦੀ ਰਗੜਾਈ ਕਰਕੇ ਨੌਂਦੇ ਵਿੱਚ ਕੁਸ਼ਤਾ ਸਦਫ ਲੈ ਲੈਣਾ ਜੀ ਇੱਕ ਚੁਟਕੀ ਇਹ ਕੁਸ਼ਤਾ ਸਦਫ ਹੁੰਦਾ ਜੀ ਸਿੱਪੀਆਂ ਦਾ ਗੁਸ਼ਤਾ ਹਾਂਜੀ ਮੈਂ ਕਿਹਾ ਦੋਸਤਾਂ ਨੂੰ ਕਹਿੰਿਆ ਨਹੀਂ ਪਤਾ ਸਿੱਪੀਆਂ ਦਾ ਗੁਸ਼ਤਾ ਲੈ ਲੈਣਾ ਇੱਕ ਚੁਟਕੀ ਲੈ ਲੈਣੀ ਜੀ ਹਾਂਜੀ ਅੱਛਾ ਇਹ ਚੁਟਕੀ ਜਾਂ ਚੁੰਡੀ ਜੀ ਚੁੰਡੀ ਹੈ ਹਾਂ ਜੀ ਚੁੰਡੀ ਚੁੰਡੀ ਹਾਂ ਠੀਕ ਹੈ ਜੀ ਇੱਕ ਚੁੰਡੀ ਪਾ ਕੇ ਨਾ ਜੀ ਹਾਂ ਉਹਨਾਂ ਚੀਜ਼ਾਂ ਦੇ ਵਿੱਚ ਉਹਨੂੰ ਮਾੜਾ ਜੀ ਉੱਤੇ ਦੂੜੀ ਹੋ ਰਗੜਾਈ ਕੀਤੀ ਜਾ ਉਹਨਾਂ ਦੇ ਵਿੱਚ ਉਹਨੇ ਹੋ ਜਾਣਾ ਜਜ਼ਾਬ ਕੀ ਬਾਤ ਹੈ ਉਹ ਬਣ ਜਾਣੀ ਜਿੰਨੀ ਕ ਮਜੂਦ ਹਾਂ ਕਾਲੀ ਮਿਰਚ ਜਿੰਨੀ ਗੋਲੀ ਤੁਸੀਂ ਦਿਓ ਕਬੂਤਰ ਨੂੰ ਜਾਂਦੇ ਨੂੰ ਅਗਰ ਕਬੂਤਰ ਤੁਹਾਡੇ ਇਸ ਗੋਲੀ ਨਾਲ ਮਰ ਜਾਵੇ ਆਏ ਉਹ ਮਰ ਨਹੀਂ ਮਰਨਾ ਮੇਰੇ ਕੋਲ ਉਸ ਕਬੂਤਰ ਦੀ ਆਦੇ ਕੀਮਤ ਲੈ ਸਕਦਾ ਜਿਸ ਮੇਰੇ ਦੋਸਤ ਦਾ ਭਾਈ ਦਾ ਮਰ ਜਾਵੇ ਜੇ ਅਗਰ ਉਹ ਸਿੱਧੀਆਂ ਸਾਵੀਆਂ ਤੁਸੀਂ ਤੋੜ-ਤੋੜ ਕੇ ਦੇਣੀਆਂ ਨੇ ਛੋਟਾ ਹਿੱਸਾ ਦੇ ਰਹੇ ਆਂ ਜੀ ਉਹ ਪੰਜਵਾਂ ਹਿੱਸਾ ਮੋਟੀ ਵਾਲ ਦਾ ਦੇ ਰਹੇ ਆਂ ਜੀ ਮਾਰਨ ਦਾ ਦੇ ਰਹੇ ਆਂ ਉਹ ਮਰਨਾ ਹੀ ਹੈ ਜੀ ਮਰਨਾ ਹੀ ਹੈ ਮਰਨਾ ਹੀ ਹੈ ਜੀ ਕੀ ਬਾਤ ਆ ਯਾਰ ਤਾਨੂੰ ਵੀ ਸਲੂਟ ਆ ਭਾਈ ਮੁਸ਼ਤਾਕ ਤੁਸੀਂ ਆਪਣੀ ਆਪ ਜਿਹੜੀ ਗੋਲੀ ਲਾਉਨੇ ਹੋ ਤੁਸੀਂ ਉਹ ਹੀ ਦੱਸਤੀ ਆ ਬਈ ਇਮਰਾਨ ਇਹ ਤੁਹਾਡੀ ਮੁਹੱਬਤ ਹੈ ਅੱਲਾ ਖੁਸ਼ ਰੱਖੇ ਤੁਸੀਂ ਜਿਹੜੇ ਦੋਸਤਾਂ ਨੂੰ ਉਸਤਾਦ ਇਹਾਜ਼ ਵਰਗੇ ਬੰਦੇ ਤੁਹਾਨੂੰ ਮੋੜ ਤੱਕ ਜਿਨ੍ਹਾਂ ਨੇ ਦੱਸ ਦਿੱਤਾ ਹਾਂ ਤੁਸੀਂ ਮੋੜ ਦੁਬਾਰਾ ਦੱਸਣਾ ਜੀ ਦੋਸਤਾਂ ਨੂੰ ਕਈਆਂ ਨੇ ਉਹ ਵੀਡੀਓ ਨਹੀਂ ਵੇਖੀ ਹੋਣੀ ਇਹ ਵੀਡੀਓ ਵੇਖਣਗੇ ਮੋੜ ਦੇ ਬਾਰੇ ਦੱਸ ਦੇਣਗੇ ਅੱਛਾ ਹੁਣ ਕਬੂਤਰ ਨੇ ਗੋਲੀ ਲਾਤੀ ਪਾਣੀ ਦੇ ਦਿੱਤਾ ਛੱਡਤਾ ਆਪਾਂ ਹਾਂਜੀ ਸ਼ਾਮ ਕਰਤੀ ਕਬੂਤਰ ਨੇ ਹੁਣ ਆਏ ਕਬੂਤਰ ਨੂੰ ਮੋੜਨਾ ਦੁੱਸਰ ਚ ਪੈ ਗਿਆ ਕਬੂਤਰਾ ਆਪਾਂ ਉਹਦਾ ਕੀ ਤਰੀਕਾ ਕਰ ਕਰਦੇ ਅਗਰ ਕਬੂਤਰ ਤੁਹਾਡਾ ਜ਼ੋਰ ਲਾ ਕੇ ਬੇਲੇ ਮੋੜ ਦੱਸੋ ਜੀ ਸਾਨੂੰ ਮੋੜ ਦੇ ਬਾਰੇ ਦੱਸ ਦਿਆਂ ਜੀ ਕੰਪਿਊਟਰ ਬੈ ਗਿਆ ਜੀ ਤੁਹਾਡਾ ਤੁਸੀਂ ਉਹਦਾ ਗਲਾ ਸਾਫ ਕਰ ਲੋ ਬੱਤੀ ਕਰ ਲੋ ਸਹੀ ਹੈ ਉਹਨੂੰ ਅਗਰ ਕਮਜ਼ੋਰ ਹੋ ਕੇ ਬਿਠਾ ਨਹੀਂ دیر ਬਾਅਦ ਕਿੰਨੀ دیر ਬਾਅਦ ਫੌਰਨ ਜੀ ਫੌਰਨ ਹੀ ਫੌਰਨ ਠੀਕ ਹੈ ਮੋੜ ਇਨੱਕ ਪਾ ਲੋ ਜੀ ਆ ਪਾਣੀ ਦੇ ਵਿੱਚ ਸਹੀ ਹੈ ਕੋਈ 40 50 ਸੀਸੀ ਪਾਣੀ ਲੈ ਕੇ ਹਾਂ ਉਹਨੂੰ ਧੀਮੀ ਧੀਮੀ ਅੱਗ ਕੇ ਉਹਨੂੰ ਅੱਧਾ ਪਾਣੀ ਸੁਕਾ ਲੈਣਾ ਸਹੀ ਹੈ ਮਤਲਬ ਜਦੋਂ 20 25 ਸੀਸੀ ਰਹਿ ਜਾਵੇ ਉਹਦੇ ਵਿੱਚੋਂ ਉਹਨੂੰ ਲੋਕਾ ਲਵਾਈ ਜਾਓ ਉਸ ਪਾਣੀ ਨਾਲ ਬੁਰਾ ਕਰੋ ਉਸ ਪਾਣੀ ਨਾਲ ਉਹਨੂੰ ਪੂਰਾ ਕਰ ਲੋ ਕਿੰਨੇ ਕੁ ਪਾਰਿਓ ਮਤਲਬ ਕਿ ਉਹ ਲੈ ਜਾਵੇ 15 ਸੀਸੀ 20 ਸੀਸੀ 25 ਸੀਸੀ ਮਤਲਬ ਲੈ ਜਿੰਨੀ ਦੇਰ ਉਹ ਪੀਂਦਾ ਉਹਨੂੰ ਪਿਆਈ ਜੋ ਕਬੂਤਰ ਭੁੱਖ ਨਾਲ ਨਹੀਂ ਮਰਦੇ ਜੀ ਕਬੂਤਰ ਭੁੱਖ ਨਾਲ ਨਹੀਂ ਮਰਦੇ ਤੁਸੀਂ ਜਿਹੜੇ ਬੰਦੇ ਜਲਦੀ ਮੋੜ ਦਿੰਦੇ ਨੇ ਕਬੂਤਰਾਂ ਨੂੰ ਉਹ ਕਬੂਤਰ ਗਲੁੱਛਣ ਲੱਗ ਜਾਂਦੇ ਨੇ ਸਹੀ ਗੱਲ ਹੈ ਬਿਲਕੁਲ ਬੜੀ ਸੋਹਣੀ ਗੱਲ ਹੈ ਕਬੂਤਰ ਦੀ ਤਲਖੀ ਨਹੀਂ ਮਰਨੀ ਹਾਂ ਤੇ ਤੁਸੀਂ ਉਹਨੂੰ ਜਿਸ ਸਮ ਨਹੀਂ ਪੂਰਾ ਹੋਣਾ ਜਿਸ ਸਮ ਨਹੀਂ ਉਹਨੇ ਪਾਣੀ ਵਾਲੀ ਕੁਜ਼ਕਾਰੀਆਂ ਨਹੀਂ ਮਾਰਨੀਆਂ ਤੇ ਉਹਨੇ ਸਾਰਾ ਕੁਝ ਬਾਹਰ ਕੱਢ ਦੇਣਾ ਇਦਾਂ ਹੀ ਹੈ ਜੀ ਇਦਾਂ ਹੀ ਤੁਸੀਂ ਜਦੋਂ ਕਬੂਤਰ ਪੂਰਾ ਹੋਗੇ ਉਸ ਪਾਣੀ ਨਾਲ ਟਾਈਮ ਥੋੜਾ ਰਹਿ ਗਿਆ ਬਿਦਾਮ ਵੀ ਥੋੜੇ ਦੇ ਲੋ ਸਹੀ ਹੈ ਕੋਈ ਜ਼ਰੂਰੀ ਹੈ ਕਿ ਤੁਸੀਂ ਉਹਦਾ ਪੋਟਾ ਭਰਨਾ ਹੈ ਜੋ ਪੋਟਾ ਭਰਿਆ ਛਿੱਕੇਗਾ ਤੇ ਮੇਰਾ ਚੰਗਾ ਉੱਡੇਗਾ ਕੀ ਬਾਤ ਹੈ ਯਕੀਨ ਕਰ ਜੋ ਪਾਣੀ ਨਾਲ ਪੂਰਾ ਕਰਕੇ ਕਬੂਤਰ ਤੁਹਾਡੇ ਕੋਲ ਇਹ ਘੰਟਾ ਰਹਿ ਗਿਆ ਹੁੰਦੇ ਚ ਇੱਕ ਬਿਦਾਮ ਦੇ ਲੋ ਹਾਂ ਡੇਢ ਦੇ ਲੋ ਉਹ ਅਗਰ ਤੁਹਾਡਾ ਕਬੂਤਰ ਖੇਚ ਗਿਆ ਸਵੇਰੇ ਤੁਹਾਡਾ ਕਬੂਤਰ ਉਡ ਕੇ ਵਿਖਾਵੇਗਾ ਉਹਨੂੰ ਕਿੰਨੇ ਅਗਰ ਡੇਢ ਜਾਂ ਦੋ ਬਦਾਮ ਖੇਚਦਾ ਕਿੰਨੇ ਬਦਾਮ ਦਈਏ ਉਹਨੂੰ ਉਹਨੂੰ ਤੁਸੀਂ ਮਤਲਬ ਲਈ ਜਿਸਮ ਪੂਰਾ ਕਰ ਗਿਆ ਜਾਂਦੇ ਨੂੰ ਦਬਾਰਾ 12 14 ਦੇਣੇ ਹੀ ਪੈਣੇ ਨੇ ਕੀ ਬਾਤ ਯਾਰ ਇਹ ਵੀ ਇਹ ਵੀ ਕੁੰਡੀ ਸੀ ਇਹ ਵੀ ਤੁਸੀਂ ਕੱਢਤੀ ਦੋਸਤਾਂ ਦੀ ਹਾਂਜੀ ਕਬੂਤਰ ਨੂੰ ਪੂਰਾ ਕਰਨਾ ਇਮਰਾਨ ਭਾਈ ਬਹੁਤ ਜ਼ਰੂਰੀ ਹੈ ਕੀ ਬਾਤ ਹੈ ਯਾਰ ਬਹੁਤ ਵੱਡੀ ਟਿਪ ਹੈ ਜਿੰਨੀ ਦੇਰ ਕਬੂਤਰ ਦਾ ਜਿਸਮ ਪੂਰਾ ਨਾ ਹੋਵੇ ਕਬੂਤਰ ਪਾਣੀ ਪੀਣੋਂ ਨਾ ਹਟੇ ਹਾਂ ਉਹਨੂੰ ਵੀ ਬਦਾਮ ਨਹੀਂ ਦੇਣੇ ਚਾਹੀਦੇ ਕੀ ਬਾਤ ਤੁਸੀਂ ਜਦੋਂ ਪੂਰਾ ਹੋ ਗਿਆ ਉਦੋਂ ਵਿਦਾਮ ਦੇ ਕੇ ਉਹਨੂੰ ਇੰਨਾ ਇੱਕ ਮੋੜ ਦੇਸੀ ਛੋਲੇ ਜਿੰਨਾ ਫਿਰ ਦੇ ਲੋ ਵਿਦਾਮਾਂ ਤੋਂ ਬਾਅਦ ਉਤੋਂ ਕੋਸਾ ਪਾਣੀ ਦੇ ਦਿਓ ਉਤੋਂ ਕੋਸਾ ਪਾਣੀ ਦੇ ਦਿਓ ਜੀ 5 ਤੋਂ 7 ਸੀਸੀ ਕੀ ਬਾਤ ਹੈ ਰਾਤ ਨੂੰ 2 2.5 ਘੰਟੇ ਬਾਅਦ ਤੁਸੀਂ 5-7 ਸੀਸੀ ਪਾਣੀ ਉਹਨੂੰ ਲਾਜ਼ਮੀ ਦੇਣਾ ਕੀ ਬਾਤ ਹੈ ਜੀ ਕਬੂਤਰ ਤੁਹਾਡਾ ਆਪਣੀ ਵੰਡ ਕਰਦੇ ਵਿਦਾਮ ਹੁੰਦੇ ਖੁਸ਼ਕ ਨਾਣ ਪੋਟੇ ਕੀ ਬਾਤ ਹੈ ਜੀ ਸਵੇਰੇ ਆਪਣੇ ਆਪ ਤੁਹਾਨੂੰ ਕਬੂਤਰ ਦੱਸੇਗਾ ਕਿ ਮੈਂ ਤੁਹਾਨੂੰ ਤੁਸੀਂ ਰਾਤੀ ਮੇਰੇ ਤੇ ਮਿਹਨਤ ਕੀਤੀ ਹੁਣ ਦਿਨ ਦੀ ਮਿਹਨਤ ਮੈਂ ਤੁਹਾਨੂੰ ਕਰਕੇ ਵਿਕਾਵਾਂਗਾ ਕਿਹੜਾ ਬਾਤ ਕੀ ਬਾਤ ਬੜੀ ਸੋਹਣੀ ਗੱਲ ਕੀਤੀ ਭਾਈ ਮੁਸ਼ਤਾਕ ਹਕੀਕਤ ਮਨੋ ਭਾਈ ਮੁਸ਼ਤਾਕ ਤੁਹਾਡਾ ਇੰਟਰਵਿਊ ਕਰਕੇ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਵੱਲਾ ਬਾਖਦਾ ਮੈਂ ਬਹੁਤ ਇੰਜੋਏ ਕਰ ਰਿਹਾ ਅੱਛਾ ਜੀ ਮੋੜ ਚ ਕਿਹੜੀ ਚੀਜ਼ਾਂ ਪਾਣੇ ਹੋ ਕਿਹੜੀਆਂ ਚੀਜ਼ਾਂ ਦਾਲ ਚੀਨੀ 1 ਟੋਲਾ ਜੀ ਦਾਲ ਚੀਨੀ 1 ਟੋਲਾ ਜੀ ਬੜੀ ਇਲਾਚੀ 1 ਤੋਲਾ ਬੜੀ ਇਲਾਚੀ 1 ਤੋਲਾ ਜੀ ਮਲਠੀ 1 ਤੋਲਾ ਮਲਠੀ 1 ਤੋਲਾ ਜੀ ਲੌਂਗ 1 ਤੋਲਾ ਲੌਂਗ 1 ਤੋਲਾ ਜੀ ਮਸਤਗੀ ਰੂਮੀ 1 ਤੋਲਾ ਮਸਤਗੀ ਰੂਮੀ ਜਿਹਨੂੰ ਮਸਤ ਰੂਮੀ ਕਹਿੰਦੇ ਨੇ ਸਾਡੇ ਭਾਈ ਹਾਂਜੀ ਦਮਲ ਖੋਇਨ 1 ਤੋਲਾ ਖੂਨ ਚੋਸ਼ਾ ਜਿਹਨੂੰ ਕਹਿੰਦੇ ਆ ਜੀ ਹਾਂਜੀ ਖੂਨ ਚੋਸ਼ਾ ਵੀ ਕਹਿੰਦੇ ਆ ਦਮਲ ਖੋਇਨ ਦਮਲ ਖੋਇਨ ਠੀਕ ਤਕਰੀਬਨ ਹੈ ਗੁਗਲ 1 ਤੋਲਾ ਗੁਗਲ ਬੈਂਸੀਆ 1 ਤੋਲਾ ਬੈਂਸੀਆ ਗੁਗਲ 1 ਤੋਲਾ ਹਾਂ ਆਪਣਾ ਸਲਾਜੀ ਤੇ ਤੋਲਾ ਸਲਾਜੀ 1 ਤੋਲਾ ਜੀ ਇੱਕ ਕਾਪੀ ਚਾਂਦੀ ਦੇ ਵਰਕ ਇੱਕ ਕਾਪੀ ਚਾਂਦੀ ਦੇ ਵਰਕ ਜੀ ਤੇ ਇੱਕ ਪੇਸੀ ਗੋੜ ਦੀ ਇੱਕ ਪੇਸੀ ਗੋੜ ਦੀ ਹਾਂਜੀ ਅਗਰ ਤੁਸੀਂ ਬਣਾ ਲਿਆ ਮੋੜ ਹਾਂ ਅਬ ਸਰਦੀਆਂ ਚ ਬਣਾ ਲਿਆ ਉਹਦੇ ਵਿੱਚ ਪਾ ਲੋ ਇੱਕ ਜਾਨ ਹੋ ਜਾਣਾ ਉਹਦੇ ਨਾਲ ਤੁਹਾਡਾ ਕਬੂਤਰ ਗਲੂਛੇਗਾ ਨਹੀਂ ਗੋੜ ਦੇ ਨਾਲ ਗੋੜ ਦੇ ਨਾਲ ਕੀ ਬਾਤ ਆ ਜੀ ਲੋ ਜੀ ਮਾਸ਼ਾਅੱਲਾ ਤੁਹਾਨੂੰ ਮੋੜ ਵੀ ਦੱਸਤਾ ਭਾਈ ਉਹਨਾਂ ਨੇ ਔਰ ਤਰੀਕਾ ਵੀ ਦੱਸਤਾ ਯਾਰ ਤਿਸਰ ਦੇ ਵਿੱਚ ਵੀ ਦੋਸਤ ਕਹਿੰਦੇ ਨੇ ਤਿਸਰ ਦੇ ਬਾਰੇ ਪੁੱਛੋ ਦੂਸਰੇ ਦਿਨ ਮੋਰ ਕਬੂਤਰ ਪੂਰਾ ਕਰ ਗਿਆ ਬੇਖੋ ਨਾ ਜੀ ਕੁਝ ਦੋਸਤ ਕਬੂਤਰਾਂ ਨੂੰ ਪਲਟਾਉਂਦੇ ਨਹੀਂ ਉਡਤੇ ਆਇਆਂ ਨੂੰ ਹਾਂ ਨਹੀਂ ਪਲਟੋਂਦੇ ਜੀ ਉਡਤੇ ਆਏ ਕਬੂਤਰ ਨੂੰ ਪਲਟਾਣਾ ਚਾਹੀਦਾ ਹੈ ইমরান ਭਾਈ ਜਿਹੜਾ ਅਸਲੂ ਕਮਜ਼ੋਰ ਹੋ ਕੇ ਬੈਠਾ ਉਹਨੂੰ ਨਹੀਂ ਪਲਟਾਣਾ ਚਾਹੀਦਾ ਹਾਏ ਕੀ ਬਾਤ ਹੈ ਇਹ ਤਾਂ ਗੱਲ ਪੁੱਛਣਾ ਨਹੀਂ ਸੀ ਤੁਸੀਂ ਆਪੇ ਦੱਸ ਤੀ ਕਬੂਤਰ ਕੋਈ ਰੈਸ਼ ਜ਼ਿਆਦੀ ਲੈ ਕੇ ਆਂਦਾ ਹੈ ਤਿੰਨ ਚਾਰ ਬਦਾਮਾਂ ਦੀ ਹਾਂ ਉਹਨੂੰ ਪਾਣੀ ਦੀਆਂ ਨੋਕਾਂ ਲਵਾਈ ਰੱਖੋ ਜਦੋਂ ਮਾੜਾ ਜਿਹਾ ਤਾਰ ਹੋ ਜਾਵੇ ਉਹਨੂੰ ਉਹਦੀ ਰੈਸ਼ ਕੱਟ ਦਿਓ ਉਹ 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 ਮਤਲਬ ਕਿ ਬਾਸੀ ਹੋ ਜਾਂਦੀ ਹੈ ਨਾ ਇਹ ਰਾਇ ਹੈ ਜੀ ਵੇਖੋ ਹੰਦੀ ਰਾਇ ਇਸ ਕੱਢ ਦਿਓ ਜੀ ਉਹਨੂੰ ਪਲਟਾ ਕੇ ਉਹ ਇੱਕ ਤਾਂ ਦੁਬਾਰੇ ਪਾਣੀ ਜਦੋਂ ਤੁਸੀਂ ਉਹਨੂੰ ਨੋਕਾਂ ਲਵਾਓਗੇ ਜਿੱਥੇ ਉਹਨੇ 2 ਘੰਟਿਆਂ ਚ ਪੂਰਾ ਹੋਣਾ 1 ਘੰਟੇ ਚ ਪੂਰਾ ਹੋ ਜਾਣਾ 1 ਘੰਟੇ ਚ ਪੂਰਾ ਹੋ ਜਾਣਾ ਤਾਂ ਜੇ ਉਹਨੂੰ ਬਿਦਾਮ ਦਿਓ ਜੀ ਰਾਤ ਨੂੰ ਕੀ ਬਾਤ ਹੈ ਜੀ ਫਿਰ ਉੱਤੋਂ ਮੋੜ ਦਿਓ ਉੱਤੋਂ ਮੋੜ ਕੇ ਕਿੰਨਾ ਮੋੜ ਦਈਏ ਉਹ ਨਹੀਂ ਛੋਲੇ ਜਿੰਨਾ ਕੀ ਬਾਤ ਹੈ ਜੀ ਛੋਲੇ ਤੋਂ ਜ਼ਿਆਦਾ ਕਿਉਂਕਿ ਇੰਨਾ ਕ ਪ੍ਰਿੰਦਾ ਸੇਮ ਦੂਸਰਾ ਵਾਲਾ ਸਿਸਟਮ ਕਰੀਏ ਸੇਮ ਦੂਸਰਾ ਵਾਲਾ ਕਰਨਾ ਹੈ ਜੀ ਕੋਈ ਵਿੱਚ ਆ ਤੁਸੀਂ ਨਹੀਂ ਫਰਕ ਲੈਣਾ ਹਾਂ ਕਿ ਯਾਰ ਮੈਂ ਕੱਲ ਇਹ ਚੀਜ਼ ਦਿੱਤੀ ਸੀ ਤੇ ਅੱਜ ਇਹ ਵਟਾ ਕੇ ਦੇ ਦੇਵਾਂ। ਕੀ ਬਾਤ ਹੈ ਜੀ। ਮਤਲਬ ਇਹ ਦੁਸਰੇ ਤੁਹਾਡਾ ਕਬੂਤਰ ਅੱਛਾ ਰਿਜ਼ਲਟ ਦਿੰਦਾ ਪਿਆ। ਹਾਂ ਤੇ ਅਗੋਂ ਫਿਰ ਤੁਹਾਨੂੰ ਅਦਲੀ ਬਦਲੀ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ। ਸੇਮ ਉਹੀ ਰੁਟੀਨ ਸੇਮ ਉਹੀ ਰੁਟੀਨ। ਤੁਹਾਡੀ ਅਤੀ ਸਰ ਵੀ ਤੁਹਾਨੂੰ ਪਤਾ ਲੱਗ ਗਈ ਜੀ। ਹਾਂ ਜੀ ਬਦਾਮ ਤੁਸੀਂ ਹਾਂ ਜੀ ਹਾਂ ਜੀ ਥੋੜੇ ਬਦਾਮ ਵਧਾਣੇ ਪੈਣਗੇ ਨਾ। ਬਦਾਮ ਵਧਾਣੇ ਪੈਣੇ ਨੇ। ਤੇ ਪਾਣੀ ਵੀ ਨਾਲ ਵਧਾਣਾ ਪੈਗਾ। ਪਾਣੀ ਦੀ ਕੋਈ ਜ਼ਰੂਰਤ ਨਹੀਂ ਜੀ। ਅੱਛਾ ਜੀ। ਪਾਣੀ ਤੁਸੀਂ 30 ਸੀਸੀ ਤੋਂ ਬਿਲਕੁਲ ਮੋੜ ਵਾਲੇ ਕਬੂਤਰ ਨੂੰ ਨਹੀਂ ਵ ਇੰਨਾ ਹੀ ਦੇਣਾ ਬਾਦਾਮ ਭਾਈ ਵੱਧ ਜਾਣ ਹਾਂ ਕੀ ਬਾਤ ਹੈ ਕੁੱਕੜ ਨਾਲ ਕੜਕ ਦੇ ਦਾਣੇ ਦੇ ਦਈਏ ਮੋੜ ਦੇ ਹਾਂ ਮੋੜ ਜਿਹੜਾ ਕਬੂਤਰ ਜਾਂਦਾ ਉਹਨੂੰ ਬਾਦਾਮ ਦੇ ਤੇ ਨਾਲ ਕੜਕ ਦੇ ਦਈਏ ਉਹ ਨਹੀਂ ਜੀ ਨਹੀਂ ਕਣ ਦੇ ਦਿਓ ਜੀ ਕਣਕ ਤਾਂ ਕੋਈ ਹਰਜ ਨਹੀਂ ਕਣਕ ਕੱਚੀ ਚੀਜ਼ ਹੈ ਹਾਂ ਹਾਂ ਜੀ ਕੁੱਕੜ ਕਈ ਕਹਿੰਦੇ ਨੇ ਵੀ ਉਹ ਰੋਕਦਾ ਨਹੀਂ ਰੁਕਦਾ ਨਹੀਂ ਜੀ ਹਾਜ਼ਮਾ ਕਬੂਤਰ ਦਾ ਠੀਕ ਹੈ ਕੜਕ ਦੇ ਨਾਲ ਹਾਜ਼ਮਾ ਰਹਿੰਦਾ ਹਾਂਜੀ ਲੋ ਜੀ ਮਾਸ਼ਾਅੱਲਾ ਆਪਾਂ ਤੇ ਪੂਰੀ ਗੇਮ ਦੀ ਰੁਟੀਨ ਦੱਸਦੇ ਜੀ ਦੋਸਤਾਂ ਨੂੰ ਔਰ ਇਹ ਉਹ ਰੁਟੀਨ ਆ ਜਿਹੜੀ ਕਿ ਉਧਰ ਤੂਤੀ ਬੁਲਾਈ ਜਾਂਦੀ ਹੈ ਸਾਡੇ ਭਰਾ ਦੀ ਉਹ ਦੱਸਣ ਦੇ ਅਸੀਂ ਰਾਤੀ ਭਾ ਮਮਤਾਜ ਇਹ ਮੋੜ 'ਚ ਹਰਦੇ ਨਹੀਂ ਹੁਣ ਦੋਸਤ ਭਰਾ ਅਗਰ ਇੱਥੋਂ ਵੀ ਨਹੀਂ ਸਿੱਖਦੇ ਯਾਰ ਮੈਂ ਮੈਂ ਕੁਝ ਨਹੀਂ ਕਰ ਸਕਦਾ ਇਮਰਾਨ ਭਾਈ ਇਹ ਦੋ ਤੁਹਾਡੇ ਭਰਾਵਾਂ ਵਾਸਤੇ ਕਰੀ ਜਾਂਦਾ ਭਾਵੇਂ ਲਹਿੰਦੇ ਪੰਜਾਬ ਦੇ ਨੇ ਭਾਵੇਂ ਚੜ੍ਹਦੇ ਪੰਜਾਬ ਦੇ ਨੇ ਭਾਵੇਂ ਬਾਹਰ ਦੇ ਮੁਲਕਾਂ 'ਚ ਰਹਿੰਦੇ ਨੇ ਮੈਂ ਹੁਣ ਇਸ ਤੋਂ ਬਾਅਦ ਕੀ ਕਰਾਂ ਹਾਂ ਇਸ ਤੋਂ ਅੱਛੀ ਰਹਿਣ ਮੈਂ ਨਹੀਂ ਹੋ ਸਕਦੀ ਤੁਹਾਡੇ ਕੋਲ ਜਿੰਨੀ ਤੁਸੀਂ ਕਰ ਰਹੇ ਨੇ ਦੋਸਤਾਂ ਵਾਸਤੇ ਹਾਂ ਕਿਉਂਕਿ ਅੱਜ ਤੂੰ 10 20 ਸਾਲ ਪਹਿਲੇ ਹਾਂ ਉਸਤਾਦ ਕਿੰਨੋਂ ਦੱਸਦਿਆਂ ਨੇ ਇੰਨੇ ਚੀਤੇ ਤੁਸੀਂ ਤਾਂ ਬੰਦਿਆਂ ਨੂੰ ਇੰਨੀ ਜਲਦੀ ਸਾਰਾ ਕੁਝ ਦੱਸ ਦਿੱਤਾ ਔਰ ਰੜੇ ਤੇ ਸਾਰੀਆਂ ਗੱਲਾਂ ਛਾੜ ਦਿੱਤੀਆਂ ਕਿ ਜੜੀਆਂ ਪੁੱਛਣ ਵਾਸਤੇ ਬੰਦੇ 10-10 ਸਾਲ ਉਸਤਾਦਾਂ ਦੀਆਂ ਕੁੰਡੀਆਂ ਦੋਂਦੇ ਆਂ ਕੁੰਡੀਆਂ ਤੋਂਦੇ ਸੀ ਅਸਲ 'ਚ ਨਾ ਭਾਈ ਮੁਸ਼ਤਾਕ ਮੇਰੀ ਸੋਚ ਪਤਾ ਕੀ ਆ ਦੋਸਤ ਭਰਾ ਵੇਖੜੇ ਨੇ ਇੰਟਰਵਿਊ ਨੂੰ ਯਾਰ ਜਿਵੇਂ ਅਸੀਂ ਤੱਕੇ ਖਾਦੇ ਨੇ ਉਹਨਾਂ ਭਾਈ ਮੁਸ਼ਤਾਕ ਹਾਂਜੀ ਵੱਲਾ ਬਾਗ ਦਾ ਹਰ ਬੰਦਾ ਤੱਕੇ ਨਹੀਂ ਖਾ ਸਕਦਾ ਯਾਰ ਅਸੀਂ ਕਹਿੰਦੇ ਹਾਂ ਬਈ ਕੁਝ ਅਮੀਰ ਤੇ ਕੁਝ ਨਾ ਕੁਝ ਕਰ ਲੂਗਾ। ਬਈ ਜਾਨੇ ਇਹ ਬੰਦਾ ਕੀ ਕਰੂਗਾ? ਮੇਰੀ ਗੱਲ ਸੁਣੋ, ਕੁਝ ਬੰਦੇ ਧੱਕੇ ਖਾ ਕੇ ਸਿੱਖਦੇ ਨੇ। ਹਾਂ। ਕੁਝ ਬੰਦੇ ਆਪਣੇ ਜਿਹੜੇ ਅਕਰ ਰੱਖਣ ਵਾਲੇ ਬੰਦੇ ਜਲਦੀ ਸਿੱਖ ਲੈਂਦੇ ਨੇ ਘਰ ਬੈ ਕੇ। ਲੇਕਿਨ ਜਿਹੜਾ 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 ਦੋਸਤ ਇਹ ਸਮਝੇ ਕਿ ਯਾਰ ਐ ਮੈਂ ਕਸਮ ਖਾ ਕੇ ਕਹਿ ਰਿਹਾ ਜੀ, ਬੱਲਾ ਬਾ ਖੁਦਾ, ਹਾਂਜੀ ਮੈਂ ਸੱਚ ਕਹਿ ਰਿਹਾ ਵਾਂ ਜੋ ਚੀਜ਼ਾਂ ਆਪਾਂ ਦੱਸੀ ਜਾ ਰਹੇ ਆਂ। ਇਹੀ ਚੀਜ਼ਾਂ ਉਸਤਾਦਾ ਕੋਲ ਲਪੜੀਆਂ ਇਹਨਾਂ ਨੂੰ। ਹਾਂਜੀ। ਲੇਕਿਨ ਉਸਤਾਦ ਉਹ ਬਗੜੋ ਜਿਹੜਾ ਇਨਸਾਨ ਚੰਗਾ ਹੋਵੇ ਨਸਲੀ ਉਸਤਾਦ ਬਕੜੋ ਜੀ ਇਨਸਾਨ ਚੰਗਾ ਹੋਵੇ ਯਾਰ ਜਿਹੜਾ ਤੁਹਾਨੂੰ ਤੁਸੀਂ ਆਓ ਤੁਹਾਡੀ ਰਿਸਪੈਕਟ ਕਰੇ ਹਾਂ ਜੀ ਤੁਹਾਡੇ ਕੋਲ ਜਾਵੇ ਤੁਸੀਂ ਉਹਦੀ ਰਿਸਪੈਕਟ ਕਰੋ ਤੁਹਾਡੇ ਕੋਲ ਉਹ ਨਾ ਕੁਝ ਲੁਕੋਵੇ ਤੁਸੀਂ ਉਹਦੇ ਕੋਲ ਕੁਝ ਨਾ ਲੁਕੋਵੋ ਜੀ ਜਿੰਨਾ ਬੰਦਿਆਂ ਇਮਰਾਨ ਭਾਈ ਮੈਂ ਕਸਮ ਖਾ ਕੇ ਗੱਲ ਹਲਫਾਂ ਨੇ ਗੱਲ ਕਹਿਣਾ ਇਮਾਨੀ ਕੁਰਾਨੀ ਜਿਸ ਬੰਦੇ ਉਸਤਾਦ ਇਜਾਜ਼ ਕੋਲ ਕੋਈ ਚੀਜ਼ ਨਹੀਂ ਨਾ ਹਾਸਲ ਕੀਤੀ ਉਹ ਪੂਰੀ ਦੁਨੀਆ ਤੇ ਕਿਸੇ ਉਸਤਾਦ ਕੋਲ ਨਹੀਂ ਹਾਸਲ ਕਰ ਸਕਦਾ ਸਹੀ ਗੱਲ ਇਹਦੀ ਵੱਡੀ ਗੱਲ ਮੈਂ ਤੁਹਾਨੂੰ ਕਰ ਰਿਹਾ ਅਨਵਰ ਬੱਟੂ ਨੂੰ ਉਸਤਾਦ ਅਨਵਰ ਬੱਟੂ ਨੂੰ ਉਹਨਾਂ ਨੇ ਵੀ ਮਤਲਬ ਕਿ ਹਰ ਬੰਦੇ ਨੂੰ ਦੱਸਿਆ ਯਾਰ ਹਰ ਬੰਦੇ ਨੂੰ ਦੱਸਿਆ ਜੀ ਉਹ ਵੀ ਬਹੁਤ ਅੱਛੇ ਇਨਸਾਨ ਹਨ ਬਾਕੀ ਉਸਤਾਦ ਇਜਾਜ਼ ਵਰਗਾ ਉਸਤਾਦ ਮੈਂ ਦੁਨੀਆ ਤੇ ਕਿਸੇ ਬੰਦੇ ਨਹੀਂ ਕੀ ਬਾਤ ਭਾਈ ਇਤੇ ਇਨਾ ਵੇਖਿਆ ਤੇ ਨਾ ਸੁਣਿਆ ਨਾ ਮੇਰੇ ਹਿਸਾਬ ਵਿੱਚ ਕੋਈ ਹੋਣਾ ਕਿਉਂ ਬੜਾ ਪਿਆਰ ਕਰਦੇ ਆ ਜੀ ਉਹ ਉਸਤਾਦ ਵੇਖੋ ਨਾ ਜੀ ਹਰ ਬੰਦਾ ਹੀ ਹੁੰਨ ਉਸਤਾਦ ਹੈ ਹਾਂ ਜਿਹੜਾ ਇਹ ਵਾਲ ਮੋਟੀ ਵਾਲਜੀ ਦੀ ਜੇਬ ਵਿੱਚੋਂ ਨਿਕਲ ਆਂਦੀ ਉਹ ਇਹੋ ਬੰਦਾ ਉਸਤਾਦ ਹੈ ਅੱਜ ਨੂੰ ਉਹਦੀ ਵਡ ਦਾ ਪਤਾ ਲੱਗ ਗਿਆ 우ਸਤਾਦ ਇਜਾਜ਼ ਹਕੀਕਤ ਦਾ 우ਸਤਾਦ ਹੈ ਹਾਂ ਬਿਲਕੁਲ ਜੀ ਬਿਲਕੁਲ ਔਰ ਇਹ ਇਸ ਕਾਬਿਲ 우ਸਤਾਦ ਹੈ ਕਿ ਜਿਸ ਕਾਬਿਲ ਇਜ਼ਾਤ ਹੈ ਹਾਂ ਸਹੀ ਗੱਲ ਹੈ ਉਹ ਜਿਹਦੀ ਦਿਲ ਕਰਦਾ ਹੈ ਇਜ਼ਤ ਕੀਤੀ ਜਾਵੇ ਕੀ ਬਾਤ ਹੈ 우ਸਤਾਦ ਇਜਾਜ਼ ਦੀ ਅੱਲਾਹ ਪਾਕ ਹੈ ਹਯਾਤੀ ਕਰੇ ਜੀ ਉਹਨਾਂ ਨੂੰ ਆਪਣੇ ਬੱਚਿਆਂ ਦੇ ਵਿੱਚ ਸਲਾਮਤ ਰੱਖੇ ਤੇ ਸਾਡੀਆਂ ਦਿਲੋਂ ਦੁਆਵਾਂ ਜੀ ਜਿਨ੍ਹਾਂ ਸਾਨੂੰ ਇਸ ਕਾਬਿਲ ਸਮਝਾ ਔਰ ਇਸ ਕਾਬਿਲ ਕੀਤਾ ਜੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਇੱਕ ਨਾ ਮੇਰਾ ਲਾਸਟ ਸਵਾਲ ਆ ਤੁਹਾਡੇ ਨਾਲ ਜੀ ਕੁਝ 10 ਪਰ ਸਾਫ ਹੋ ਰਹੇ ਹੁੰਦੇ ਪੱਟੀਆਂ ਪੱਟੇ ਹਾਂ ਜੀ ਪੋਟ ਬੰਦ ਕਰ ਜਾਂਦੇ ਹਾਂ ਜੀ ਮੇਰੇ ਪ੍ਰੈਕਟੀਕਲ ਚ ਚੀਜ਼ ਆਈ ਆ ਮੈਂ ਸ਼ੇਅਰ ਕਰਾਂਗਾ ਦੋਸਤਾਂ ਨਾਲ ਹਾਂ ਜੀ ਯਾਰ ਇਹ ਚੀਜ਼ ਸਕਿਪ ਨਾ ਕਰਾ ਜੇ ਤੁਹਾਡੀ ਮਿਹਰਬਾਨੀ ਬਹੁਤ ਟੈਕਨੀਕਲ ਗੱਲ ਆ ਜਿਹੜੀ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਹ ਕੀ ਵਜ੍ਹਾ ਬੰਦੀ ਪੋਟ ਕਿਉਂ ਬੰਦ ਕਰਦੇ ਮੈਂ ਵੀ ਦੱਸਾਂਗਾ ਜੀ ਬਾਅਦ ਚ ਤੁਸੀਂ ਵੀ ਦੱਸੋ 90% ਪੱਟੀਆਂ ਕਰਦੀਆਂ ਨੇ ਜੀ ﾎﾟｰਟ ਬੰਦ ਹਾਂ ਬਿਲਕੁਲ ਮੇਰੇ ਕੋਈ ਪੱਟੀਆਂ ਨੇ ﾎﾟｰਟ ਬੰਦ ਕੀਤਾ ਹਾਂਜੀ ਪੱਟੀਆਂ ਬੰਦ ਕਰਦੀਆਂ ਨੇ ਜੀ ਇਹਨਾਂ ਦੇ ਹੁੰਦੇ ਨੇ ਜੀ ਸਫੈਦ ਕਿੱਲ ਸਹੀ ਦੰਬ ਦੇ ਵਿੱਚ ਦੰਬ ਦੇ ਵਿੱਚ ਦੰਬ ਦੇ ਵਿੱਚ ਹੁੰਦੇ ਨੇ ਬਿਲਕੁਲ ਉਹ ਕੀਆਂ ਦੇ ਨਾ ਜੀ ਉਹ ਗਦੂਦ ਬਣ ਜਾਂਦੀ ਹੈ ਉਹ ਦੁੱਧ ਬਣ ਜਾਂਦੀ ਹੈ ਉਹ ਕਿੱਲੇ ਗਦੂਦ ਦੀ ਸ਼ਕਲ ਹੈ ਚ ਗਦੂਦ ਬਣ ਜਾਂਦੀ ਹੈ ਤੇ ਉਹ ਪੇਠ ਵਾਲੀ ਸਾਈਡ ਤੇ ਆ ਜਾਂਦੀ ਹੈ ਉਹ ਵਿੱਥ ਬੰਦ ਕਰ ਦਿੰਦੀ ਹੈ ਉਹਦੀ ਵਜ੍ਹਾ ਤੋਂ ﾎﾟｰਟ ਲੱਗ ਜਾਂਦੀ ਜੀ ਪੱਟੀਆਂ ਦੇ ਬਿਲਕੁਲ ਬਿਲਕੁਲ ਜਦੋਂ ਤੁਸੀਂ ਉਹਨੂੰ ਤਸੱਲੀ ਨਾਲ ਚੈੱਕ ਕਰੋਗੇ ਉਹ ਗਦੂਦ ਵਾਲੀ ਸਾਈਡ ਤੋਂ ਜਾਂ ਬੈਟਰ ਸਾਈਡ ਤੋਂ ਸੋਰੀ ਜੀ ਕਾਲ ਆ ਗਈ ਸੀ ਤੇ ਕਾਲ ਸੁਣਨੀ ਪਈ ਸੀ ਮਜਬੂਰੀ ਸੀ ਕਾਲ ਐਸੀ ਸੀ ਮੇਰੇ ਚਾਚੇ ਦੀ ਕਾਲ ਸੀ ਅੱਛਾ ਜੀ ਉਹ ਮਾਦੀਆਂ ਦੇ ਕਿਲ ਹੁੰਦੇ ਬੈਠੜੀ ਸਾਈਡ ਤੇ ਆ ਜਾਂਦੇ ਉਹ ਆ ਜਾਂਦੇ ਨਹੀਂ ਬੈਠੜੀ ਸਾਈਡ ਤੇ ਸਹੀ ਉਹ ਗਦੂਦ ਬਣ ਜਾਂਦੀ ਹੈ ਜੀ ਹਾਂ ਹੁੰਦੀ ਵਜ੍ਹਾ ਤੂੰ ਇਹਨਾਂ ਦੀ ਪੋਰਟ ਲੱਗਦੀ ਹਾਂ ਇਹ ਗੁੱਛ ਮਾਰ ਲੈਂਗੇ ਇਹਨਾਂ ਨੂੰ ਅ ਦੋਂਬੂ ਉਤਾਣੂ ਕਰਕੇ ਬੈ ਜਾਣਾ ਹਾਂ ਬਿਲਕੁਲ ਸੇਮ ਹੈ ਚੀਜ਼ ਸੇਮ ਹਾਂਜੀ ਤੇ ਉਹ ਹੁੰਦਾ ਕੀ ਮਤਲਬ ਕਿ ਉਹ ਵਿੱਠਦੀ ਤਾਂ ਤੇ ਉਹ ਨੂੰ ਦਬਾ ਕੇ ਕੱਢ ਦੀਏ ਉਹਨੂੰ ਦਬਾ ਕੇ ਤੁਸੀਂ ਉਹਨੂੰ ਮਸਰੋਗੇ ਤਾਂ ਉਹਨੇ ਬਾਹਰ ਨਿਕਲ ਜਾਣਾ ਉਹ ਗਦੋਦ ਉਹ ਪੋਰਟ ਖੁੱਲ ਜਾਗੀ ਹਾਂਜੀ ਉਹਦੀ ਪੋਰਟ ਖੁੱਲ ਜਾਣਾ ਅੱਛਾ ਜੀ ਮੇਰੇ ਨਾਲ ਹੁਣ ਮੈਂ ਤਜਰਬਾ ਆਪਣਾ ਸ਼ੇਅਰ ਕਰਦਾ ਜੀ ਮੇਰੇ ਇਲਮ ਚ ਨਹੀਂ ਸੀ ਹੈ ਜੀ ਹਾਂਜੀ ਉਹ ਕਹਿੰਦੇ ਨਾ ਜੀ ਤਜਰਬਾ ਆਜ਼ਾਦ ਦੀ ਮਾਂ ਮਤਲਬ ਕਿ ਤੁਸੀਂ ਕਹਿ ਲਓਗੇ ਉਸਤਾਦ ਹੁੰਦਾ ਹਾਂ ਤਜਰਬਾ ਉਹ ਕਬੂਤਰੀ ਨਾ ਜੀ ਪੋਰਟ ਬੰਦ ਕਰਕੇ ਬੈਠੀ ਗੋਚ ਮਾਰ ਕੇ ਬਾਕੀ ਸਾਰੇ ਪ੍ਰਿੰਦੇ ਠੀਕ ਸੀ ਸਿਰਫ ਉਹ ਮੈਂ ਕਿਹਾ ਅਰੇ ਕੱਲੀ ਇਹ ਬੱਠੀ ਆ ਉਹ ਬਹੁਤ ਹਸ਼ਿਆਸ਼ ਬਿਸ਼ਾਜ ਸੀ ਦਾਣਾ ਵੀ ਸਹੀ ਖਾਂਦੀ ਸੀ ਸਵੇਰ ਮੈਂ ਚੱਕਿਆ ਕਿਤਾਉਂ ਦੀ ਪੋਰਟ ਬੰਦ ਮੈਂ ਉਹਨੂੰ ਵਾਸ਼ ਕੀਤਾ ਆ ਵਾਸ਼ ਕਰਨ ਤੋਂ ਬਾਅਦ ਜਿਹੜਾ ਵੀ ਉਹ ਸਾਡਾ ਤਰੀਕਾ ਉਹ ਮੈਂ ਮਤਲਬ ਕਿ ਪੁਰਾਣਾ ਗੋੜ ਲੈ ਲਿਆ ਜਾਂ ਤੁਸੀਂ ਉਹ ਕਿ ਸੋਡਾ ਲੈ ਲਓ ਉਹ ਸੋਡਾ ਦੀ ਸੋਡਾ ਵੀ ਮੈਂ ਦਿੱਤਾ ਪੁਦੀਨਾ ਇਹ ਉਹ ਜਿੰਨਾ ਵੀ ਅਲੰਪਰਲਮ ਜਿੰਨੇ ਤਰੀਕੇ ਸਨ ਜੀ ਉਹ ਦੋ ਦਿਨਾਂ ਚ ਮੈਂ ਅਜ਼ਮਾਏ ਕੋਈ ਰਿਜ਼ਲਟ ਨਾ ਆਇਆ ਉਹਦਾ ਰਿਜ਼ਲਟ ਨਹੀਂ ਆਇਆ ਜੀ ਕੋਈ ਵੀ ਮੈਂ ਕਿਹਾ ਹੁਣ ਮੈਂ ਕੀ ਕਰਾਂ ਹੁਣ ਮੇਰੇ ਘਰ ਚ ਨਾ ਨੋਵੀਡੇਟ ਹੋਵੇ ਇੰਜੈਕਸ਼ਨ ਨਾ ਫਲੈਜਨ ਇੰਜੈਕਸ਼ਨ ਪਿਆ ਹੋਵੇ ਖਤਮ ਹੋ ਜਾਇਆ ਸੀ ਹੁਣ ਮੇਰੇ ਕੋਲ ਪੈਸੇ ਵੀ ਨਾ ਹੋਣ ਹਾਂਜੀ ਕੱਲ ਪਹਿਲੀ ਆ ਜੀ ਹਾਂਜੀ ਤੇ ਅੱਜ 30 ਤਰੀਕ ਆ ਅੱਜ ਸ਼ਾਮ ਤੀਕਰ ਮੈਂ ਉਹਦੇ ਨਾਲ ਸਟਰਗਲ ਕਰ ਰਿਹਾ ਹਾਂਜੀ ਪਹਿਲੀ ਹੋਈ ਪਤਾ ਕੀਤਾ ਤਨਖਾਹ ਆ ਗਈ ਤਨਖਾਹ ਕਢਾਈ ਉੱਥੋਂ ਮੈਂ ਨੋਵੀਡੇਟ ਇੰਜੈਕਸ਼ਨ ਲਿਆ ਫਲੈਜਨ ਇੰਜੈਕਸ਼ਨ ਲਿਆ ਤਿੰਨ ਪੁਆਇੰਟ ਮੈਂ ਫਲੈਜਲ ਦੇ ਲਾਏ ਹੁੰਦੇ ਸੀਨੇ ਦੀ ਸੱਜੀ ਸਾਈਡ ਤੇ ਹਾਂਜੀ 3.9 ਡੇਢ ਦਾ ਲਾਇਆ ਖੱਬੀ ਸਾਈਡ ਦੇ ਹਾਂਜੀ ਲਾਂਨ ਤੋਂ ਬਾਅਦ ਉਹਨਾਂ ਮੈਂ 2 ਤੋਂ 3 ਸিসি ਪਾਣੀ ਦੇ ਕੇ ਨਾ ਜੀ ਜ਼ਿਆਦਾ ਨਹੀਂ ਦੇਣਾ ਪੈਂਦਾ ਮਜਬੂਰੀ ਆ ਪੋਰਟ ਬੰਦ ਹੋਵੇ 2 ਤੋਂ 3 ਸিসি ਦੇ ਕੇ ਨਾ ਉਹਨਾਂ ਮੈਂ ਜੋੜ ਚ ਪਾ ਕੇ ਰੱਖਦਾ ਠੀਕ 15 ਮਿੰਟਾਂ ਬਾਅਦ ਕਬੂਤਰੀ ਚੱਲ ਪਈ ਜੀ ਹਾਂਜੀ ਕਬੂਤਰੀ ਚੱਲੀ ਕਿਉਂਕਿ ਮੈਂ ਇਹ ਨੁਸਖਾ ਦੱਸਿਆ ਵੀ ਸੀ ਹਾਂਜੀ ਔਰ ਇਹ ਨੁਸਖਾ ਐਡਾ ਮੁਜਰਬ ਨੁਸਖਾ ਨਾ ਜੀ ਜਿੰਦੀ ਕਬੂਤਰ ਦੀ ਪੋਰਟ ਬੰਦ ਹੋਵੇ ਜਿਹੜਾ ਪੋਰਟ ਨਾ ਚਲਾ ਰਿਹਾ ਹੋਵੇ ਕੋਈ ਚੀਜ਼ਾਂ ਦੇਣ ਨਾਲ ਇੰਜੈਕਸ਼ਨ ਲਾਓ ਜਿਹੜੀ ਵੀ ਉਹਦੇ ਅੰਦਰ ਪ੍ਰੋਬਲਮ ਹੋਏਗੀ ਉਹ ਦੂਰ ਕਰੇਗਾ ਹਾਂਜੀ ਉਹ ਚੱਲ ਪਿਆ ਉਹ ਚੱਲਿਆ ਮੈਂ ਖਰ ਨੋਟ ਨਹੀਂ ਕੀਤਾ ਜਿਹੜੀ ਤੁਸੀਂ ਇਹ ਗੱਲ ਕੀਤੀ ਮੈਂ ਤੁਹਾਡੀ ਸੋਚ ਨੂੰ ਔਰ ਤੁਹਾਡੇ ਤਜਰਬੇ ਨੂੰ ਵੀ ਸਲਾਮ ਕਰਦਾ ਕਿ ਤੁਸੀਂ ਇਹ ਚੀਜ਼ ਤੁਹਾਡੇ ਤਜਰਬੇ 'ਚ ਹਾਂਜੀ ਮੇਰੇ ਤਜਰਬੇ 'ਚ ਐਂ ਜਾਈ ਕਿ ਉਹ ਮੈਂ ਜਦੋਂ ਦਿੱਤਾ ਜਦੋਂ ਮੈਂ ਥੱਲੇ ਚੈੱਕ ਕੀਤਾ ਮੇਰੇ ਨਾਲ ਭਾਈ ਹਨਾਨ ਵੀ ਸੀ ਅਜੀ ਅਸलम ਦਾ ਬੇਟਾ ਹਾਂਜੀ ਮੈਂ ਕਹਿ ਰਹਾ ਵੀ ਇਹ ਰਿਪੋਰਟ ਹੁਣੇ ਨੇ ਚਲਾਈਆ ਤੇ ਥੱਲੇ ਵੇਖਿਆ ਤੇ ਖਦੂਦ ਸੀ ਹਾਂਜੀ ਉਹ ਗਦੂਦ ਦੀ ਵਜ੍ਹਾ ਤੋਂ ਪੋਰਟ ਉਹਨੇ ਬੰਦ ਵਿਚਾਰੀ ਨੇ ਐਡੀ ਖਦੂਦ ਸੀ ਜੀ ਹਾਂਜੀ ਐਡੀ ਤੋਂਦੂਦ ਸੀ ਉਹ ਮੈਂ ਚੈੱਕ ਕੀਤੀ ਮੈਂ ਉਹਨੂੰ ਚੈੱਕ ਕਰਕੇ ਪ੍ਰੋਪਰ ਤਰੀਕੇ ਨਾਲ ਤੇ ਉਹ ਮੇਰੇ ਸਮਝ ਚ ਨਹੀਂ ਆਈ ਵੀ ਉਹ ਕੀ ਚੀਜ਼ ਸੀ ਮੈਂ ਕਿਹਾ ਯਾਰ ਸ਼ਾਇਦ ਕੋਈ ਹੋਏਗਾ ਅੰਦਰ ਉਹਦੇ ਇਨਫੈਕਸ਼ਨ ਵਗੈਰਾ ਹੋਏਗਾ ਲੇਕਿਨ ਤੁਸੀਂ ਇਸ ਤੋਂ ਰਾਜ਼ ਤੋਂ ਪਰਦਾ ਲਾਇਆ ਇਹ ਰਾਜ਼ ਵੀ ਅਸੀਂ ਦੋਸਤਾਂ ਭਰਾਵਾਂ ਨੂੰ ਦੱਸਣਾ ਚਾ ਰਹੇ ਸੀ ਹਾਂਜੀ ਖੈਰ ਹੁਣ ਉਹ ਦਾਣੇ ਵੀ ਖਾ ਰਹੀ ਆ ਸਭ ਕੁਝ ਉਹ ਬਿਹਤਰੀਨ ਆ ਜਿ ਮੈਂ ਤੁਹਾਨੂੰ ਗਵਾਦੀ ਬਖਾਵਾਂਗਾ ਥੱਲੇ ਉਹਨੇ ਕੰਮ ਕੀਤਾ ਸੀ ਮੇਰੇ ਨਾਲ ਇਹ ਮੇਰਾ ਤਜਰਬਾ ਸੀ ਮੈਂ ਦੋਸਤਾਂ ਭਰਾਵਾਂ ਨਾਲ ਸ਼ੇਅਰ ਕੀਤਾ ਔਰ ਮਾਸ਼ਾਅੱਲਾ ਬੜੀ ਇੱਕ ਖੂਬਸੂਰਤ ਗੱਲ ਸੀ ਕਿ ਜਿਹੜੀ ਦੋਸਤਾਂ ਭਰਾਵਾਂ ਦੇ ਫਾਇਦਾ ਕਰੇਗੀ ਵੀਰੇ ਇਹ 3.9 ਸਜੀ ਸਾਈਡ ਤੇ 3 ਪੁਆਇੰਟ ਫਲੇਜਲ ਦੇ ਖੱਬੀ ਸਾਈਡ ਤੇ ਭਾਵੇਂ ਸਜੀ ਤੇ ਲਾ ਲਓ ਭਾਵੇਂ ਖੱਬੀ ਤੇ ਲਾ ਲਓ ਹਾਂਜੀ ਜਿੰਨਾ ਵੀ ਬੋਟ ਬੰਨਦਾ ਕਬੂਤਰ ਦਾ ਉਹ ਚਲਾ ਜਾਏਗਾ ਅਬਰੀਕ ਸਰੋਂਜ ਲੈ ਕੇ ਨਾ ਜੀ ਇਨਸੂਲਿਨ ਵਾਲੀ ਹਾਂਜੀ ਉਹਦੇ ਨਾਲ ਆਣੀ ਬਿਹਤਰੀਨ ਰਿਜ਼ਲਟ ਆ ਤੁਸੀਂ ਵੇਖਿਆ ਜੀ ਮੇਰੇ ਕੋਲ ਸਮਾਨ ਪਿਆ ਸਾਰਾ ਹਾਂਜੀ ਤੇ ਮਾਸ਼ਾਅੱਲਾ ਜੀ ਅੱਜ ਦਾ ਇੰਟਰਵਿਊ ਵੀ ਤੁਹਾਨੂੰ ਬਹੁਤ ਪਸੰਦ ਆਏਗਾ ਔਰ ਭਾਈ ਮੁਸ਼ਤਾਕ ਨੇ ਵੀ ਸਿਰਾ ਕਰਾਤਾ ਕਮੈਂਟਾਂ ਦੀਆਂ ਝੜੀਆਂ ਝੜੀਆਂ ਲਾ ਦਿਓ ਵੀਰੋ ਜੇ ਸਾਡਾ ਇੰਟਰਵਿਊ ਪਸੰਦ ਆਂਦਾ ਵਿਊ ਬਹੁਤ ਜ਼ਿਆਦਾ ਹੁੰਦੇ ਨੇ ਲਾਈਕ ਬਹੁਤ ਘੱਟ ਹੁੰਦੇ ਨੇ ਯਾਰ ਲਾਈਕ ਵੀ ਕਰ ਦਿਆ ਕਰੋ ਲਾਈਕ ਨਾਲ ਮੈਨੂੰ ਫਾਇਦਾ ਹੁੰਦਾ ਤੇ YouTube ਕੋਈ ਥੋੜੀ ਬਹੁਤ ਅਰਨਿੰਗ ਦੇ ਦਿੰਦਾ ਕਿਉਂਕਿ ਮੈਂ ਸਿੱਧੀਆਂ ਗੱਲਾਂ ਕਰਨੀਆਂ ਨੇ ਮੇਰੇ ਕੋਲੋਂ ਝੂਠ ਫਰੇਵ ਕੋ ਨਹੀਂ ਕਮੈਂਟ ਕਰੋ ਕਿ ਉਹਦੇ ਚ ਮੇਰਾ ਫਾਇਦਾ ਹੈ ਕਿ ਮੇਰਾ ਫਾਇਦਾ ਤੁਸੀਂ ਸੋਚਦੇ ਹੋ ਮੈਂ ਤੁਹਾਡਾ ਸੋਚੀ ਜਾਣਾ ਤੇ ਮੈਂ ਯਾਰ ਮੇਰੀ ਕੋਸ਼ਿਸ਼ ਇਹ ਵੇ ਕਿ ਤਮਾਮ ਦੋਸਤਾਂ ਭਰਾਵਾਂ ਦਾ ਫਾਇਦਾ ਹੋਵੇ ਤੇ ਤੁਸੀਂ ਮੇਰਾ ਵੀ ਫਾਇਦਾ ਕਰੋ ਭਰਾਓ ਤੇ ਇਸ ਵੀਡੀਓ ਨੂੰ ਜਿੰਨੇ ਵੀ ਗਰੁੱਪ ਨੇ ਤੁਹਾਡੇ WhatsApp ਦੇ ਉਹਦੇ ਚ ਸ਼ੇਅਰ ਕਰੋ ਤਾਂ ਕਿ ਦੋਸਤਾਂ ਭਰਾਵਾਂ ਨੂੰ ਸਿੱਖਣ ਦਾ ਮੌਕਾ ਮਿਲੇ ਉਮੀਦ ਕਰਾਂਗਾ ਕਿ ਤੁਸੀਂ ਖੁਸ਼ ਖੁਸ਼ਹਾਲ ਹੋਗੇ ਸਾਡਾ ਇੰਟਰਵਿਊ ਵੇਖ ਕੇ ਤੁਸੀਂ ਮਤਲਬ ਕਿ ਸਾਡੇ ਵਾਸਤੇ ਦੁਆ ਵੀ ਕਰੋਗੇ ਅਸੀਂ ਤੁਹਾਡੇ ਵਾਸਤੇ ਮਿਹਨਤ ਕਰਦੇ ਰਹਾਂਗੇ ਜੀ ਹੁਣ ਤੁਸੀਂ ਸਾਨੂੰ ਜਾਜ਼ਤ ਦਿਓ ਤੁਸੀਂ ਆਪਣਾ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜੀ ਤੇ ਦੁਆਵਾਂ ਚ ਯਾਦ ਰੱਖਿਆ ਜੇਕਰ ਜ਼ਿੰਦਗੀ ਨੇ ਵਫਾ ਕੀਤੀ ਤੇ ਐਵੇਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਬਸ ਅੱਲਾਹ ਹਾਫਿਜ਼